ਗੁੱਡ ਮਾਰਨਿੰਗ ਦੋਸਤੋ, ਸਵਾਗਤ ਹੈ ਤੁਹਾਡਾ। ਨਵਾਂ ਦਿਨ, ਨਵੀਂ ਜਰਨੀ। ਅੱਜ 5 ਮਾਰਚ 2024 ਨੂੰ ਸਫ਼ਰ ਚੈਨਲ ਦੇ ਉੱਪਰ, ਸਫ਼ਰ ਚੈਨਲ ਦੇਖਣ ਵਾਲੇ ਸਾਰੇ ਦੋਸਤਾਂ ਦਾ ਧੰਨਵਾਦ। ਅੱਜ ਦੁਬਈ ਦੇ ਵਿੱਚ ਸਾਡਾ ਤੀਸਰਾ ਦਿਨ ਹੈਗਾ ਅਤੇ ਹੁਣ ਸਾਨੂੰ ਇਹ ਰੂਮ ਹੈ ਜਿਹੜਾ ਅੱਜ ਛੱਡਣਾ ਪੈ ਰਿਹਾ ਕਿਸੇ ਕਾਰਨ ਕਰਕੇ, ਤਾਂ ਹੁਣ ਅਸੀਂ ਰੂਮ ਹੈ ਜਿਹੜਾ ਹੋਟਲ ਹੈ ਉਹ ਲੱਭਣ ਚੱਲੇ ਹਾਂ ਅਤੇ ਦੱਸਾਂਗੇ ਤੁਹਾਨੂੰ ਵੀ ਕੀ ਰੇਟ ਰੂਮ ਮਿਲਿਆ। ਅਤੇ ਇਹ ਜਿਹੜਾ ਰੂਮ ਸੀ ਅਸੀਂ ਇੰਡੀਆ ਤੋਂ ਬੁੱਕ ਕਰਵਾਇਆ ਸੀ 2 ਨਾਈਟਾਂ ਵਾਸਤੇ, 14,800 ਰੁਪਇਆ ਲੱਗ ਗਿਆ ਸੀਗਾ। ਅਤੇ ਅੱਗੇ ਹੁਣ ਰਿਹਾਇਸ਼ ਦਾ ਪ੍ਰਬੰਧ ਕਰਦੇ ਅਤੇ ਹੁਣ ਅਸੀਂ ਚੱਲ ਕੇ ਗਿਰਾਂ ਰੂਮ ਦੇ ਵਿੱਚ, ਤਿਆਰ ਵਿਆਰ ਅਸੀਂ ਹੋ ਗਏ ਨਹਾ ਨੂ ਲਏ ਅਤੇ ਹੁਣ ਅਸੀਂ ਬ੍ਰੇਕਫਾਸਟ ਕਰਕੇ ਅਤੇ ਫਿਰ ਅੱਗੇ ਨਿਕਲਦੇ ਹਾਂ। ਤਾਂ ਮਿਲਦੇ ਹਾਂ ਆਪਾਂ ਅੱਗੇ ਅਤੇ ਨਾਲੇ ਤੁਹਾਨੂੰ ਹੋਟਲ ਵਗੈਰਾ ਦੱਸਾਂਗੇ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਨਵਾਂ ਦਿਨ ਨਵੀਂ ਜਰਨੀ ਦੇ ਤਹਿਤ। ਹੁਣ ਅਸੀਂ ਰੂਮ 'ਚੋਂ ਤਿਆਰ ਵਾਰ ਹੋ ਕੇ ਨਹਾ ਨੂ ਕੇ ਉੱਠ ਕੇ ਅਤੇ ਆ ਦੇਖੋ ਹੁਣ ਤੁਹਾਨੂੰ ਅਸੀਂ ਚੱਲੇ ਹਾਂ ਬ੍ਰੇਕਫਾਸਟ ਕਰਨ ਵਾਸਤੇ। ਅਤੇ ਅਸੀਂ ਨਹਾ ਧੋ ਕੇ ਬਸ ਹੁਣ ਚੱਪਲਾਂ 'ਚ ਹੀ ਚੱਲੇ ਹਾਂ ਅਤੇ ਪਹਿਲਾਂ ਬ੍ਰੇਕਫਾਸਟ ਕਰਾਈਏ, ਕਿਉਂਕਿ ਬ੍ਰੇਕਫਾਸਟ ਜਿਹੜਾ 10 ਵਜੇ ਤੱਕ ਹੀ ਹੁੰਦਾ, ਸੁਬਹਾ 7 ਵਜੇ ਤੋਂ ਲੈ ਕੇ 3 ਵਜੇ 3 ਘੰਟੇ ਬ੍ਰੇਕਫਾਸਟ ਹੁੰਦਾ। ਅਤੇ ਆਹ ਲਿਫਟ ਲੱਗੀ ਹੋਈ ਹੈ ਅਤੇ ਤੁਹਾਨੂੰ ਆ ਜਾਓ ਫਿਰ ਲੈ ਕੇ ਚੱਲੀਏ ਗਰਾਊਂਡ ਫਲੋਰ ਅਤੇ ਬ੍ਰੇਕਫਾਸਟ ਕਰਨੀ। ਅਤੇ ਹੁਣ ਦਿਖਾਉਣੇ ਤੁਹਾਨੂੰ ਬ੍ਰੇਕਫਾਸਟ। ਆ ਗਏ ਅਸੀਂ ਅੰਦਰ ਅਤੇ ਆਹ ਲੱਗਿਆ ਹੋਇਆ ਇੱਧਰ, ਹਾਂ ਬ੍ਰੇਕਫਾਸਟ ਆ ਦੇਖੋ, ਆਹ ਸੀ ਬ੍ਰੇਕਫਾਸਟ। ਅਤੇ ਇੱਧਰ ਚੱਲਦੇ ਹਾਂ, ਨਵਾਂ ਦਿਨ ਨਵੀਂ ਜਰਨੀ ਦੇ ਤਹਿਤ ਤੁਹਾਡਾ ਸਵਾਗਤ ਹੈ। ਆਮਲੇਟ ਹੈ ਅਤੇ ਇੱਦਾਂ ਦਾ ਇੱਥੇ ਖਾਣਾ ਪੀਣਾ ਜਿਹੜਾ ਮਿਲਦਾ। ਅਤੇ ਮੈਂ ਕਿਹਾ ਚੱਲ ਅੱਜ ਭਰਾਵਾਂ ਨੂੰ ਬ੍ਰੇਕਫਾਸਟ ਦੇ ਵੀ ਦਰਸ਼ਨ ਕਰਵਾ ਦਈਏ ਸਾਰਿਆਂ ਨੂੰ। ਅਤੇ ਚੈਨਲ ਜਿਹਨੇ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਜ਼ਰੂਰ ਕਰ ਦਿਉ ਮੇਰਾ ਵੀਰ, ਮਿਹਨਤ ਬਹੁਤ ਲੱਗਦੀ ਹੈ ਵੀਡੀਓ ਬਣਾਉਣ 'ਤੇ ਅਤੇ ਇਸ ਮਿਹਨਤ ਦਾ ਤੁਸੀਂ ਮੁੱਲ ਹੈ ਜਿਹੜਾ ਉਹ ਜ਼ਰੂਰ ਪਾ ਦਿਆ ਕਰੋ। ਅਤੇ ਆਹ ਦੇਖੋ ਹੈ ਨਾ, ਇੱਦਾਂ ਕਰਕੇ ਜੂਸ ਵਗੈਰਾ ਮਿਲਦਾ, ਸਾਰਾ ਪਾਣੀ ਜੂਸ, ਆਹ ਫਰੂਟ ਵਗੈਰਾ ਪਏ ਆ, ਦਹੀਂ, ਚਾਰ, ਪਨੀਰ ਅਤੇ ਸਭ ਕੁਛ ਇੱਥੇ ਅਵੇਲੇਬਲ ਹੈਗਾ। ਲਓ ਜੀ ਦੋਸਤੋ, ਅਸੀਂ ਦੁਬਈ ਮੋਲ ਨੂੰ ਜਾ ਰਹੇ ਹਾਂ ਅਤੇ ਆਹ ਦੇਖੋ ਬਿਲਡਿੰਗਾਂ ਦੇਖੋ, ਇੱਧਰ ਮੈਟਰੋ ਸਟੇਸ਼ਨ ਦੇ ਉੱਪਰੋਂ ਦੀ ਹੁਣ ਦੁਬਈ ਮੋਲ ਅਸੀਂ ਜਾ ਰਹੇ ਹਾਂ। ਅਤੇ ਆਹ ਦੇਖੋ ਬਿਲਕੁਲ ਦੇਖੋ ਬਿਊਟੀ ਦੁਬਈ ਦੀ ਦੇਖ ਸਕਦੇ ਹੋ, ਦੇਖੋ ਬਾਕੀ ਦੁਬਈ ਮੋਲ ਵੀ ਤੁਹਾਨੂੰ ਘੁਮਾਵਾਂਗੇ। ਦੇਖੋ ਜੀ ਦੁਬਈ ਮੋਲ ਨੂੰ ਜਾਣ ਵਾਲਾ ਜਿਹੜਾ ਰਸਤਾ ਹੈਗਾ ਦ੍ਰਿਸ਼ ਉਸਦਾ ਦੇਖ ਸਕਦੇ ਹੋ। ਅਤੇ ਇਹ ਸਾਹਮਣੇ ਜਿਹੜਾ ਇਹ ਦੁਬਈ ਮੋਲ ਹੈ, ਆਹ ਦੇਖੋ ਆਹ ਸੀ ਦੁਬਈ ਮੋਲ ਖੜ੍ਹਾ। ਅਤੇ ਆਹ ਦੇਖੋ ਆਹ ਹੈ ਦੁਬਈ ਮੋਲ ਹੈ ਨਾ, ਚਲਦੇ ਆਪਾਂ ਇੱਥੇ ਦਿਖਾਉਂਦੇ ਹਾਂ ਤੁਹਾਨੂੰ। ਲਓ ਜੀ ਦੁਬਈ ਮੋਲ ਦੇ ਵਿੱਚ ਅਸੀਂ ਪਹੁੰਚ ਚੁੱਕੋ, ਆਹ ਦੇਖੋ ਪ੍ਰੋਟੀਨ। ਅਤੇ ਆਪਾਂ ਅੱਗੇ ਚੱਲਦੇ ਹਾਂ, ਦਿਖਾਉਂਦੇ ਹਾਂ ਤੁਹਾਨੂੰ ਦੁਬਈ ਮੋਲ ਦਾ ਨਜ਼ਾਰਾ, ਦੇਖ ਸਕਦੇ ਹੋ ਤੁਸੀਂ। ਅਤੇ ਦੇਖੋ ਹੈ ਨਾ ਆਹ ਸਿੱਖੋ ਸ਼ੋਪ ਵਗੈਰਾ,
ਆਫ ਫੋਰਨ ਐਕਸਚੇਂਜ, ਜਿਹਨੇ ਕੋਈ ਕਰੰਸੀ ਵਗੈਰਾ ਐਕਸਚੇਂਜ ਕਰਾਉਣੀ ਹੈ ਅਤੇ ਉਹ ਹੈਗਾ ਸਾਰਾ। ਆਹ ਦੇਖੋ ਹੁਣ ਸਾਰੇ ਦੁਬਈ ਮੌਲ ਦੇ ਜਿਹੜੇ ਦਰਸ਼ਨ ਕਰਵਾ ਦਈਏ। ਆਹ ਦੇਖੋ ਆਹ ਦੇਖ ਸਕਦੇ ਤੁਸੀਂ ਇੱਧਰ ਹੇਅਰ ਸਟਾਈਲ ਜਿਹੋ ਜਿਹਾ ਵੀ ਤੁਸੀਂ ਬਣਾਉਣਾ। ਆਹ ਦੇਖੋ ਆਹ ਕੈਪ, ਸਿਰਫ ਕੈਪ ਹੀ ਨੇ। ਆਹ ਦੇਖੋ ਦੁਬਈ ਮੌਲ ਦਾ ਲਓ ਆਨੰਦ। ਆਹ ਦੇਖ ਸਕਦੇ ਹੋ ਤੁਸੀਂ ਦੁਬਈ ਮੌਲ ਦੇ ਵਿੱਚ ਅਸੀਂ ਘੁੰਮ ਰਹੇ ਹਾਂ, ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ। ਅਤੇ ਦੇਖ ਸਕਦੇ ਹੋ ਦੁਬਈ ਮੌਲ ਦਾ ਦ੍ਰਿਸ਼, ਦੇਖੋ ਲਓ ਜੀ। ਇੱਥੇ ਤੁਹਾਨੂੰ ਦੱਸ ਦਈਏ ਕਿ ਫੋਰਨਰ ਬਹੁਤ ਨੇ, ਫੋਰਨਰ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਹੋਏ ਆ। ਇੱਧਰ ਏ ਟੀ ਐੱਮ ਹੈ, ਤੇਰਾ ਕਢਾਉਣੇ ਹੁਣ ਬਸ। ਦੇਖੋ ਆਹ ਦੇਖ ਸਕਦੇ ਹੋ ਵਾਹ ਜੀ ਵਾਹ, ਕਿਆ ਚੀਜ਼ ਹੈ, ਬਾਕੀ ਬਹੁਤ ਸੋਹਣੇ ਜਿਵੇਂ ਦੁਬਈ ਮੌਲ ਸੁਣਦੇ ਸੀ ਉਵੇਂ ਹੀ ਹੈ ਨਾ। ਦੁਬਈ ਮੌਲ ਆਹ ਦੇਖੋ ਆਪਣੇ ਕੰਮ ਦੀਆਂ ਚੀਜ਼ਾਂ, ਟ੍ਰਾਈਬੋਰਡ ਵਗੈਰਾ, ਹੋਰ ਸੈਲਫੀ ਸਟਿੱਕ ਵਗੈਰਾ, ਆਹ ਸਾਰਾ ਕੁਛ ਹੈ ਨਾ। ਆਹ ਦੇਖੋ ਆਹ ਦੇਖੋ ਜੀ, ਸਿਰਫ ਇੱਥੇ ਬੁੱਕਸ ਹੀ ਨੇ ਇਕੱਲੀਆਂ ਇੰਨੀਆਂ ਹੈ। ਹਾਂ ਹਾਂ ਆਹ ਦੇਖੋ ਬੁੱਕਸ ਦੇ ਭੰਡਾਰ ਨੇ ਹੈ ਨਾ, ਦੇਖ ਸਕਦੇ ਹੋ। ਆ ਜਾਓ ਅੱਗੇ ਚੱਲਦੇ ਹਾਂ, ਤੁਹਾਨੂੰ ਹੋਰ ਦਿਖਾਉਣੇ ਆ। ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਵਿੰਟਰ ਆਫਰ, ਇਹ ਆ ਗਿਆ ਉਹ ਆਪਣਾ ਨਿਕੋਨ, ਨਿਕੋਨ ਦਾ ਸ਼ੋਰੂਮ ਆ ਗਿਆ। ਨਿਕੋਨ ਦਾ ਸ਼ੋਰੂਮ ਆ ਦੇਖੋ ਇਹ ਰੇਟ ਨੇ ਹੈਂ, ਉਹ ਸੋਨੀ ਸੀ ਕਿੱਥੇ ਆ ਪਏ ਸੋਨੀ ਹੈ ਨਾ। ਜੈੱਡ ਵੀ ਵਨ, ਹਾਂ ਕਿਹੜਾ ਜੈੱਡ ਵੀ ਈ ਵਨ
ਲਓ ਜੀ ਕਰੋ ਦਰਸ਼ਨ ਮਾਲ ਦੇ, ਦੇਖੋ ਤੁਸੀਂ ਆਹ ਦੇਖੋ ਸੋਨੀ ਦੀਆਂ ਐਲਈਡੀਆਂ, ਵਾਹ ਜੀ ਵਾਹ, ਆਹ ਦੇਖੋ ਸੋਨੀ ਦੇ ਪ੍ਰੋਡਕਟ ਆ ਜਾ ਲਓ ਜੀ ਐਲਈਡੀਆਂ ਆ ਦੇਖੋ ਇਹਦਾ ਰੇਟ ਕੀ ਹੈ ਇੱਥੇ 3000 ਏਡੀ ਆਨ ਏਅਰ, ਵਾਹ ਜੀ ਵਾਹ, ਸੋਨੀ ਦੇ ਬਹੁਤ ਪ੍ਰੋਡਕਟ ਆ ਰਹੇ ਨੇ ਇੱਥੇ ਹੈ ਨਾ, ਬਹੁਤ ਸਾਰੇ ਪ੍ਰੋਡਕਟ ਆਪਣੇ ਤਾਂ ਹੈ ਹੀ ਨਹੀਂ, 8000 ਗ੍ਰਾਮ ਦੀ 1,80,000 ਹੋ ਗਏ, ਵਾਕਈ ਨੀਚੇ ਵੀ ਹੈ ਡੀਜ਼ਲ ਵਗੈਰਾ ਹੈ ਨਾ, ਆ ਕੀ ਹੈ ਵੀ ਇਹ ਕਿਹੜਾ ਆ ਗਿਆ ਸਰਫ ਡੀ ਜੀ ਕਿਹੜੇ, ਹਾਂ ਬਿਲਕੁਲ ਸਾਰੇ ਹੈ ਇੱਥੇ ਹੈ ਨਾ, ਸਾਰੇ ਬ੍ਰਾਂਡ ਨੇ ਲਓ ਜੀ ਦੇਖੋ ਦੁਬਈ ਦਾ ਮੌਲ, ਵੈਸੇ ਵੀਡੀਓ ਵਗੈਰਾ ਇੱਥੇ ਅਲਾਊਡ ਨਹੀਂ ਹੈਗੀ, ਅਸੀਂ ਤੁਹਾਡੇ ਵਾਸਤੇ ਚੋਰੀਆਂ ਬਣਾ ਰਹੇ ਹਾਂ, ਆ ਕੀ ਵੀ ਭਲਾ ਲੀਨੋਵੋ ਪਤਾ ਨਹੀਂ ਕੀ ਹੈ ਨਾ, ਲੀਜੀਅਨ ਪਤਾ ਨਹੀਂ ਕੀ ਹੈ, ਗੋ ਹੈਂਡ ਟੂ ਹੈਂਡ ਗੇਮਰ ਹੋਊਗਾ ਗੇਮ ਖੇਡਣ ਵਾਸਤੇ ਨਾ, ਹਾਂ ਪੈਸਾ ਇੱਥੇ ਨਾ ਖੁੱਲ੍ਹਾ ਜਿਹਾ ਹੋਵੇ ਹੈ ਨਾ, ਬਾਵਾ ਖੁੱਲ੍ਹਾ ਭਰਾ ਕਹਿੰਦਾ ਥੋੜ੍ਹੇ ਖੁੱਲ੍ਹੇ ਨਾਲ ਕੁਛ ਨਹੀਂ ਬਣਦਾ, ਬਾਵਾ ਖੁੱਲ੍ਹਾ ਹੀ ਹੋਵੇ ਕਹਿੰਦਾ, ਐਂ ਜੀ ਕਰਦਾ ਜਿਹੜੀ ਚੀਜ਼ ਦੇਖਦੇ ਉਹੀ ਚੱਕ ਲਈਏ ਹੈ ਨਾ, ਆ ਗਏ ਨਾ ਡੀ ਜੇ ਆਈ ਦੇ, ਓਏ ਡੀ ਜੇ ਆਈ ਹੈ ਨਾ ਕਿ ਹੋਰ ਹੈ, ਡੀ ਜੇ ਆਈ ਹੈ ਡੀ ਜੇ ਆਈ ਹੈ ਨਾ, ਇਹ ਕਿੰਨਾ ਰੇਟ ਦੱਸ ਰਹੇ ਆ, ਓਕੇ ਥੈਂਕ ਯੂ, ਮਿੰਨੀ ਫਲਾਈ ਮਿੰਨੀ 3 Pro ਮਿੰਨੀ 4 Pro ਮਿੰਨੀ ਕੰਬੋ ਨਹੀਂ ਨਾ ਹੈਗਾ ਇਹ, ਫਿਰ ਕੰਬੋ ਪਲੱਸ ਹੈਗਾ 17,699 ਦਾ, ਕੈਮਰਾ ਆਹ ਕਿਹੜਾ ਹੈਗਾ ਡੀ ਜੇ ਆਈ RS3 ਕੈਮਰੇ ਵੀ ਆਉਂਦੇ ਹੈਗੇ ਡੀ ਜੇ ਆਈ ਦੇ ਹੈ ਨਾ, ਜੇ ਪਏ ਤਾਂ ਆਏ ਹੋਣਗੇ ਕਿ ਗਿਮ 3,350 3,450 ਆ ਸੀ ਨਾ, ਗਿੰਬਲ ਹੈ ਗਿੰਬਲ ਪ੍ਰਾਈਜ਼ ਕੀ, ਆ ਜਾਓ ਆ ਵੀ ਸੋਨੀ ਆ ਗਿਆ ਹੈ ਨਾ, ਆਹ ਕਿਹੜਾ ਯਾਰ ਹਾਂ
ਤੁਹਾਨੂੰ ਰੇਟ ਸਸਤੇ ਮਿਲ ਗਏ ਨਾ ਹੈ ਸਸਤੇ ਮਿਲ ਗਏ ਸੋਨੀ ਯੱਡ ਵੀ ਉਹ ਨਹੀਂ ਹੈਗਾ ਆਪਣੇ ਵਾਲਾ ਨਾ M2 ਤਾਂ ਹੈਗਾ ਲਓ ਜੀ ਦੇਖੋ ਇਲੈਕਟ੍ਰੋਨਿਕ ਚੀਜ਼ਾਂ ਅਤੇ ਹੋਰ ਕੀ ਪਿਆ ਰੋਬੋਟ ਕਿੱਥੇ ਆ ਸਫਾਈ ਵਾਲਾ ਅੱਛਾ ਸਫਾਈ ਵਾਲਾ ਇਹ ਘਰ ਦੀ ਆਟੋਮੈਟਿਕ ਸਫਾਈ ਹੈਨਾ ਉਹੀ ਹੈ ਉਹੀ ਹੈ ਆ ਦੇਖ ਇੱਥੇ ਆ ਚਾਹ ਚਾਹ ਆਪੇ ਕਿੱਥੇ ਕਰੀ ਜਾਂਦਾ ਆ ਰੇਟ ਹੈ ਇਹਦੇ ਹਾਂ ਆ ਸੀਗਾ ਇੱਧਰ ਵੀ ਹੈ 23000 ਰੁਪਏ ਹੁੰਦਾ ਘਰੇ ਫਿਰ ਕੰਮ ਵਾਲੀ ਰੱਖਣ ਦੀ ਲੋੜ ਨਹੀਂ ਨਾ 23000 ਦਾ ਹੈਗਾ ਏਅਰਪੋਰਟਸ ਯਾਰ ਇੱਥੇ ਵੜ ਜਾਈਏ ਨਾ ਨਿਕਲਣ ਨੂੰ ਜੀ ਨਹੀਂ ਕਰਦਾ ਹੈ ਨਾ ਸਪੀਕਰ ਵਗੈਰਾ ਲਓ ਜੀ ਦੇਖੋ S24 ਅਲਟਰਾ ਉਹ ਨਹੀਂ ਹੈਗਾ S24 ਅਲਟਰਾ ਆ ਸੀ ਨਾ ਹਾਂਜੀ ਅੱਛਾ ਇਹ ਕੀ ਰੇਟ ਕੀ ਇਹਦਾ 5099 ਆ ਸੀ ਆ ਦਿੱਤਾ ਹੋਇਆ ਹਾਂ 5099 12256 512 ਵਾਲਾ ਮਿਲ ਜੂਗਾ 5500 ਦਾ ਦੇ ਕੋ 10000 ਦਾ ਹੁਣ ਚੱਕ ਲਈ ਉਹ 5000 ਦਾ ਫਰਕ ਹੈ ਫਿਰ ਤਾਂ ਉੱਥੋਂ ਹੀ ਨਾ ਲੈ ਲਾਂਗੇ ਅਸੀਂ ਗੱਲ ਤਾਂ ਉਹੀ ਹਾਂ ਨਾਲੇ ਇੱਥੋਂ ਲੈ ਕੇ ਜਾਵਾਂਗੇ ਆਹ ਦੇਖੋ ਜੀ ਤੁਸੀਂ ਦੁਬਈ ਮੌਲ ਦਾ ਦ੍ਰਿਸ਼ ਹੁਣ ਇਲੈਕਟ੍ਰੋਨਿਕ ਚੀਜ਼ਾਂ ਦਿਖਾ ਤੀਆਂ ਕੈਮਰੇ ਵਗੈਰਾ ਦਿਖਾ ਤੇ ਹੋਰ ਸਾਰਾ ਕੁਛ ਦਿਖਾ ਤਾ ਤੁਹਾਨੂੰ ਹੈ ਨਾ ਇੱਥੋਂ ਆਪਾਂ ਖੱਬੇ ਕਿੱਥੋਂ ਜੋ ਮੁੜਨਾ ਸੀਗਾ ਕਹਿੰਦੇ ਸੀਗਾ ਖੱਬੇ ਮੁੜ ਕੇ ਫੂਡਕੋਰਟ ਹੈ ਸਾਹਮਣੇ ਕਹਿੰਦੇ ਸੀ ਭੁੱਖ ਲੱਗੀ ਹੋਈ ਹੈ ਪਹਿਲਾਂ ਖਾ ਪੀ ਲਈਏ ਕੁਛ ਹਾਂਜੀ ਹਾਂਜੀ ਇਹ ਆ ਲਓ ਠੀਕ ਹੈ ਚਾਈਨਾ ਟਾਊਨ ਹਾਂ ਚਾਈਨਾ ਦਾ ਸਿੱਧੇ ਹੈਗਾ ਰੀਅਲ ਸਿਨੇਮਾ ਪੀਰੀਅਸ ਦੁਬਈ ਫੂਡ ਕੋਰਟ ਅਤੇ ਅੰਡਰ ਵਾਟਰ ਜ਼ੂ ਵੀ ਸਿੱਧਾ ਹੀ ਹੈ ਫੈਸ਼ਨ ਵੈਨਿਊ ਦਾ ਵੀ ਨਾਈਕੀ ਪਰਫਿਊਮ ਵੀ ਉੱਧਰ ਓਕੇ ਸਿੱਧੇ ਚਲੀ ਗਿਆ ਪਾਉਣ ਪਹਿਲਾਂ ਖਾ ਪੀ ਲਈਏ ਫਿਰ ਦੇ ਲਾਂਗੇ ਹਾਂ ਲੈ ਇੱਥੇ ਫੋਟੋ ਖਿੱਚ ਵੀ ਇੱਕ
ਲਓ ਜੀ ਆ ਗੋ ਸਪੋਰਟਸ ਸਪੋਰਟਸ ਐਸੋ ਕੁਛ ਹੀ ਲੈ ਲਓ। ਅਸਲ ਵਿੱਚ ਪਤਾ ਕੀ ਖਰੀਦਣ ਨੂੰ ਜੀ ਤਾਂ ਬਹੁਤ ਕਰਦਾ ਪਰ ਮਹਿੰਗਾ ਬਾਹਲਾ, ਪੈਸਾ ਖੁੱਲ੍ਹਾ ਜਿਹਾ ਹੋਵੇ ਅਤੇ ਵਾਹਵਾ ਹੋਵੇ ਅਤੇ ਵਾਹਵਾ ਹੋਵੇ ਬਿਲਕੁਲ, ਫਿਰ ਆਪਾਂ ਖਰੀਦ ਸਕਦੇ ਹਾਂ। ਦਰਸ਼ਕੋ ਗੱਲ ਇਹ ਆ ਹੈ ਨਾ, ਖਰੀਦਣ ਨੂੰ ਬਹੁਤ ਜੀ ਕਰਦਾ ਪਰ ਪੈਸਾ ਖੁੱਲ੍ਹਾ ਅਤੇ ਵਾਹਵਾ ਦੋਨੋਂ ਚੀਜ਼ਾਂ ਚਾਹੀਦੀਆਂ। ਲਓ ਜੀ ਸਜਾਇਆ ਬਹੁਤ ਸੋਹਣਾ ਯਾਰ ਹੈ ਨਾ, ਹਾਂ ਇਹ ਵੀ ਗੱਲ ਹੈਗੀ ਹੈ ਨਾ, ਵਾਰਡ ਸਾਰਾ ਗੇੜੇ ਦਿੰਦੇ ਲੈ। ਹੁਣ ਆਪਾਂ ਇੱਥੇ ਫੋਟੋ ਜ਼ਰੂਰ ਖਿੱਚ ਲਈਏ ਇੱਕ ਨਾ, ਕਿ ਪਰਲੇ ਪਾਸੋਂ ਖਿੱਚੀਏ, ਪਰਲੇ ਪਾਸੋਂ ਖਿੱਚੀਏ ਨਾ, ਹਾਂ 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 ਦੇਖੋ ਸਜਾਵਟ ਦੇਖੋ ਯਾਰ, ਹੋਰ ਗੱਲਾਂ ਦੀਆਂ ਗੱਲਾਂ ਆ ਦੇਖੋ ਲਓ ਭਰਾਵੋ ਮੌਲ ਤੁਹਾਨੂੰ ਦੇਖ ਤਕਰੀਬਨ ਦਿਖਾ ਤਾ, ਮਤਲਬ ਤਕਰੀਬਨ ਕਿ ਜਿੰਨਾ ਕੁ ਸਾਨੂੰ ਮਤਲਬ ਘੁੰਮਦੇ ਫਿਰਦੇ ਹਾਂ ਉਨਾ ਕੁ ਤੁਹਾਨੂੰ ਦਿਖਾਈ ਜਾਂਦੇ, ਇਸ ਤਰ੍ਹਾਂ ਵੀਡੀਓ ਦਿਖਾਉਣ ਕਰੀਏ ਅਤੇ ਵਿੱਚ ਹੀ ਅਸੀਂ ਆਪਦੀਆਂ ਗੱਲਾਂ ਮਾਰੀ ਜਾਂਦੇ ਹੈ ਨਾ, ਅਤੇ ਨਾਲ ਦੀ ਨਾਲ ਐਕਸਪਲੇਨ ਕਰੀ ਜਾਂਦੇ ਹੈ ਨਾ ਕਿਹੜੀ ਕਿਹੜੀ ਚੀਜ਼ ਹੈ ਕਿਵੇਂ ਆ, ਅਤੇ ਤਾਂ ਕਰਕੇ ਇੱਧਰ ਸੈਮਸੰਗ ਦਾ ਰਹਿ ਗਿਆ ਉਸ ਸਾਹਮਣੇ, ਸੈਮਸੰਗ ਵੀ ਬਹੁਤ ਅੱਛਾ ਜਿਹੜਾ ਪ੍ਰੋਡਕਟ ਹੈ, ਵਾਰਡ ਲੈਵਲ ਦਾ ਪ੍ਰੋਡਕਟ ਕਹਿ ਸਕਦੇ ਹਾਂ ਆਪਾਂ। ਅਤੇ ਆਹ ਦੇਖੋ ਫੂਡ ਕੋਰਟ ਇੱਧਰ ਜਾ ਕੇ ਹੈ ਨਾ, ਹਾਂ ਫਸਟ ਲੈਫਟ ਜਿਹੜਾ ਕਿਲੋਮੀਟਰ ਚੱਲ ਕੇ ਤਾਂ ਫਸਟ ਲੈਫਟ ਹੀ ਲੈਫਟ ਆਏਗਾ ਹੈ ਨਾ। ਲਓ ਜੀ ਡੈਕੋਰੇਸ਼ਨ ਦੇਖੋ ਮਾਲ ਦੀ, ਵੱਡਾ ਵੀ ਬਹੁਤ ਹੈ ਅਤੇ ਸੋਹਣਾ ਵੀ ਬਹੁਤ ਹੈ ਅਤੇ ਸਾਫ਼ ਸੁਥਰਾ ਵੀ ਬਹੁਤ ਹੈ, ਤਿੰਨੇ ਚੀਜ਼ਾਂ ਹੀ ਆ। ਆਪਾਂ ਹੁਣ ਕੀ ਕੋਈ ਪੀਜ਼ਾ ਵਗੈਰਾ ਲੈ ਲਾਂਗੇ ਨਾ, ਪੀਜ਼ਾ ਬਰਗਰ ਹੈ ਨਾ, ਪੀਜ਼ਾ ਬਰਗਰ ਵਗੈਰਾ ਲੈ ਲਾਂਗੇ, ਹਾਂ ਐਂ ਕਰ ਲਾਂਗੇ। ਆਹ ਦੇਖੋ ਜੀ ਆਹ ਥੱਲੋਂ ਦਿਖਾਵਾਂ ਤੁਹਾਨੂੰ, ਦੇਖਿਓ ਆਹ ਲਓ ਦੇਖੋ ਕਿਵੇਂ ਲੋਕ ਫਿਰਦੇ ਆ ਹੈ ਨਾ, ਪੰਜਾਬੀ 'ਚ ਕਹਿਣ ਵਾਂਗੂ ਕੀੜੀਆਂ ਵਾਂਗੂ ਫਿਰਦੇ ਆ ਦੇਖੋ। ਇਹਦੇ ਅਸੀਂ ਘੁੰਮੇ ਲਾ ਲਓ ਵੀ 5% ਵੀ ਨਹੀਂ ਘੁੰਮੇ ਮੌਲ, ਅਤੇ ਹਾਂ ਇੱਥੇ ਇੱਕ ਭਰਾ ਦੱਸ ਰਿਹਾ ਸੀ ਕਹਿੰਦਾ ਵੀ ਦੁਬਈ ਮੌਲ ਸਾਰਾ ਘੁੰਮਣਾ ਹੋਵੇ ਤਾਂ ਇੱਕ ਹਫ਼ਤਾ ਲੱਗ ਜਾਂਦਾ ਪੂਰਾ, ਕਹਿੰਦੇ ਇੱਕ ਹਫ਼ਤੇ 'ਚ ਸਾਰਾ ਘੁੰਮਿਆ ਜਾਊਗਾ, ਅਤੇ ਹੁਣ ਨਾ ਹੀ ਤਾਂ ਆਪਣੇ ਕੋਲ ਹਫ਼ਤਾ ਹੈਗਾ ਅਤੇ ਨਾ ਹੀ ਆਪਾਂ ਸਾਰਾ ਘੁੰਮ ਸਕਦੇ ਹਾਂ, ਗੱਲਾਂ ਦੋਨੇ ਹੈ ਨਹੀਂ। ਦੇਖੋ ਇੱਧਰ ਹੀ ਆ, ਇੱਧਰ ਤਾਂ ਨਹੀਂ ਹੈਗਾ, ਇੱਧਰ ਆ ਗਿਆ ਫੂਡ ਕੋਰਟ, ਅੱਛਾ ਓਕੇ ਆ ਫੂਡ ਕੋਰਟ ਆ ਗਿਆ, ਠੀਕ ਹੈ ਠੀਕ ਹੈ। ਇਹ ਸਾਰਾ ਫੂਡ ਕੋਰਟ ਆ ਅਤੇ ਇੱਥੇ ਆਪਾਂ ਭਾਲਦੇ ਹਾਂ ਆਪਣੇ ਮਤਲਬ ਦਾ ਬ੍ਰਾਂਡ ਹੈ ਨਾ, ਕਰੰਸੀ ਐਕਸਚੇਂਜ ਵਾਲੇ ਬਹੁਤ ਇੱਥੇ ਨਾ, ਆਹ ਵੀ ਸੀਗੇ ਇੱਧਰ ਆ ਦੇਖੋ ਹੈ ਨਾ, ਜਗ੍ਹਾ ਜਗ੍ਹਾ ਬੈਠੇ ਕਰੰਸੀ ਐਕਸਚੇਂਜ ਕਾਊਂਟਰ ਤਾਂ।
ਲਓ ਜੀ ਇਹ ਆ ਗਿਆ ਫੂਡ ਕੋਰਟ, ਭੀੜ ਦੇਖੋ ਤੁਸੀਂ ਫੂਡ ਕੋਰਟ 'ਚ। ਕਿੱਥੇ ਪੀਜ਼ਾ ਹੱਟ? ਫਿਰ ਆਪਾਂ ਪੀਜ਼ਾ ਹੀ ਨਾ ਲੈ ਲਈਏ, ਬਰਗਰ ਕਿੰਗ ਵਾਲੇ ਆ ਗਏ ਕਿ ਬਰਗਰ ਲੈਣਾ ਅੱਗੇ ਹੋਰ ਦੇਖ ਲਈਏ ਫਿਰ ਕੀ ਬਸ। ਅੱਛਾ KFC ਉਹ ਸੀ ਸਾਹਮਣੇ, ਠੀਕ ਹੈ ਚਲੋ ਗਾਹਾਂ ਦੇਖਦੇ ਹਾਂ ਆ ਜਾਓ ਕੁਛ ਹੋਰ। ਹਾਂ ਬਰਗਰ ਕਿੰਗ ਆ ਗਿਆ ਬਈ, ਪੀਜ਼ਾ ਹੱਟ ਵੀ ਆ ਗਿਆ, ਬਰਗਰ ਕਿੰਗ ਵੀ ਆ ਗਿਆ। ਬਹੁਤ ਭੀੜ ਆ ਵੀ ਇੱਥੇ, ਭੀੜ ਬਹੁਤ ਜ਼ਿਆਦਾ, ਭੀੜ ਬਹੁਤ ਜ਼ਿਆਦਾ। ਬ੍ਰਾਂਡ ਹੀ ਇੱਦਾਂ ਦੇ ਜਿਹੜੇ ਆਪਾਂ ਤਾਂ ਭਰਾਵਾ ਸੁਣੇ ਵੀ ਨਹੀਂ ਬ੍ਰਾਂਡ। ਦੇਖੋ ਦੇਖੋ ਜੀ ਇੱਥੇ ਨਾ ਅਸਲ ਵਿੱਚ ਨਿਸ਼ਾਨ ਮੇਰੇ ਖਿਆਲ 'ਚ ਨੌਨ ਵੈਜ ਬਾਹਲਾ ਹੈ, ਹੈ ਨਾ? ਨੌਨ ਵੈਜ ਵਗੈਰਾ ਲੋਕ ਜ਼ਿਆਦਾ ਲੈਂਦੇ ਹੈ। ਹੈਂ ਐਂ ਉੱਪਰ ਦੀ ਘੁੰਮ ਕੇ ਆ ਜਾਂਗੇ। ਹੋਰ ਹੁਣ ਆਪਾਂ ਭਰਾਵਾਂ ਨੂੰ ਦਿਖਾ ਤਾ ਦੇਈਏ ਸਾਰਾ ਕੁਛ ਜੋ ਲੱਗ ਹੀ ਗਏ। ਹਾਂ ਨੀਟ ਬਰਗਰ ਆ ਗਿਆ, ਹਾਂ ਪਾਪਾ ਜੌਨਸ ਦੇਖੋ ਜੀ ਇਹ ਹੈ ਮੌਲ ਦਾ ਫੂਡ ਕੋਰਟ, ਬਹੁਤ ਵੱਡਾ ਫੂਡ ਕੋਰਟ ਹੈ ਮੇਰੇ ਹਿਸਾਬ ਨਾਲ। ਆਪਾਂ ਤਾਂ ਪੀਜ਼ਾ ਖਾ ਲਈਏ ਨਾ, ਹਾਂ ਮੈਕਡੋਨ ਤਾਂ ਆ ਗਏ, ਚਾਰਲੇਸ ਆ ਗਏ, ਹਾਂ ਇੱਧਰੋਂ ਫਿਰ ਬੱਚਾ ਹੈ ਇਹਨੂੰ ਬ੍ਰਾਂਡ ਹੀ ਬ੍ਰਾਂਡ ਦੇ ਦੇਖੋ ਆਹ ਸੀ ਸਾਬੇ, ਇਹ ਤਾਂ ਆਪਣੇ ਇੰਡੀਅਨ ਬ੍ਰਾਂਡ ਆ ਤੁਸੀਂ ਦੇਖੇ ਹੋਣ ਜੇ ਆਹ ਸੀਗਾ ਸਾਬੇ। ਆਹ ਹੈ ਨੂਨ ਹੈ ਨਾ ਕਬਾਬ ਹੈ ਨਾ, ਆਹ ਮੈਕਡੋਨਸ ਆ ਗਿਆ। ਆਪਾਂ ਮੇਰੇ ਖਿਆਲ ਨਾਲ ਪੀਜ਼ਾ ਲੈ ਲਈਏ, ਲਓ ਜੀ ਫੂਡ ਕੋਰਟ। ਹਾਂ ਰੋਲ ਵਾਲਾ ਦੇਖ ਲਾਂਗੇ, ਕੋਈ ਰੋਲ ਵਾਲਾ ਹੋ ਗਿਆ ਬਿਲਕੁਲ, ਹਾਂ ਹਾਂ ਕਿਹੜਾ ਪੇਟ ਭਰ ਜੂਗਾ, ਸ਼ਾਮ ਤੱਕ ਘੁੰਮਣ ਜੋਗੇ ਹੋ ਜਾਂਗੇ ਹੈ ਨਾ। ਹਾਂ ਦੇਖੋ ਆ ਗਿਆ KFC ਹੈ ਨਾ, KFC ਪਾਂਡਾ ਚਾਈਨੀਜ਼, ਪਾਂਡਾ ਚਾਈਨੀਜ਼ ਆ ਗਿਆ, ਉਮਾਨੀ ਉਮਾਮੀ ਆ ਸੀ, ਆ KFC ਆ ਗਿਆ ਆਪਣਾ। ਲਓ ਜੀ ਹਾਂ ਦੇਖ ਲਾਂਗੇ, ਹਾਂ 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 ਕਰ ਲਾਂਗੇ ਗੂਗਲ ਨੀ ਚਿੰਚਨ ਸ਼ਾਮ ਨੂੰ ਆ ਗਿਆ ਗੇਮਿੰਗ ਜ਼ੋਨ ਹੈ ਨਾ। ਇਹਨਾਂ ਦਾ ਕੋਈ ਸੁਧਾਰ ਹੋਵੇ KFC ਵਾਲਿਆਂ ਦਾ, ਹਾਂ ਦੇਖ ਲਾਂਗੇ। ਲਓ ਜੀ ਦੇਖ ਸਕਦੇ ਹੋ ਤੁਸੀਂ
ਏਸੀ ਆ ਸੀ ਪੀਜ਼ਾ ਹੱਟ ਆ ਨਾ ਇਹਤੋਂ ਕਰਦੇ ਹਾਂ ਔਡਰ ਅਤੇ ਨਾਲੇ ਤੁਹਾਨੂੰ ਦੱਸਦੇ ਹਾਂ ਪ੍ਰਾਈਜ਼ ਇੱਥੇ ਕੀ ਨੇ ਪੀਜ਼ਿਆਂ ਦੇ ਆ ਸੀਗੇ ਪ੍ਰਾਈਜ਼ ਇਹਨਾਂ ਦੇ ਦੱਸ ਕਿਹੜਾ ਲੈਣਾ ਹੈ ਹਾਂ ਹਾਂ ਪਿੱਛੇ ਵੀ ਹੈਗੇ ਆ ਅਸੀਂ ਮਹਿੰਗੇ ਹੀ ਬਹੁਤ ਆ ਦੇਖੀ 134 115 69 ਰੇਟ ਤਾਂ ਦੇਖ ਲੈ 115 ਐਂ ਲਾ ਲਓ ਭਰਾਵੋ ਤੁਸੀਂ ਇਹਨੂੰ ਤੇਜ਼ ਨਾਲ ਗੁਣਾ ਕਰ ਲਿਆ ਕਰੋ ਜਿੰਨਾ ਰੇਟ ਲਿਖਿਆ ਇਹਦੇ ਹੈ ਨਾ ਅਸੀਂ ਖਾਇਆ ਕੋਈ ਪਸੰਦ ਪਸੰਦ ਨੂੰ ਆਪਾਂ ਕਿਹੜਾ ਵਿਆਹ ਕਰਾਉਣਾ ਖਾਣਾ ਹੀ ਹੈ ਤਾਂ ਹੀ ਕਹਿਣਾ ਇਹਦੇ ਰੇਟ ਨਹੀਂ ਲਿਖਿਆ ਨਾ ਇਹਨਾਂ ਨੇ ਰੇਟ ਇੱਧਰ ਹੀ ਮਿਲਦਾ ਇਹਨਾਂ ਤੋਂ ਦੂਜੇ ਹੈਗੇ ਪੀਜ਼ਿਆਂ ਦੇ ਆਉਣਗੇ ਰੇਟ ਅਸੀਂ ਪੀਜ਼ਾ ਹੱਟ 'ਤੇ ਇਸ ਟਾਈਮ ਖੜ੍ਹੇ ਹਾਂ ਅਤੇ ਪੀਜ਼ਾ ਖਾ ਰਹੇ ਹਾਂ ਅਸੀਂ ਦੇਖਦੇ ਹਾਂ ਕਿਹੜਾ ਪਸੰਦ ਆਉਂਦਾ ਉਹ ਪੀਜ਼ਾ ਅਸੀਂ ਖਾਂਦੇ ਹਾਂ ਹੈ ਨਾ ਅਤੇ ਪੀਜ਼ਾ ਖਾ ਕੇ ਤੁਹਾਨੂੰ ਫਿਰ ਮਿਲਦੇ ਹਾਂ ਦਿਖਾਉਂਦੇ ਹਾਂ ਤੁਹਾਨੂੰ ਪੀਜ਼ਾ ਵੀ ਲਓ ਭਰਾ ਜੀ ਅਸੀਂ ਨਾ ਪੀਜ਼ਾ ਔਡਰ ਕੀਤਾ ਸੀ ਅਤੇ ਪੀਜ਼ਾ ਔਡਰ ਕਰਨ 'ਤੇ ਸਾਨੂੰ ਆਹ ਮਿਲਿਆ ਆਹ ਇੱਕ ਤਾਂ ਸਾਨੂੰ ਡਿਵਾਈਸ ਜੀ ਫੜਾਤੀ ਇੱਕ ਆਹ ਪਰਚੀ ਹੈ ਪਰਚੀ 'ਤੇ ਕੀ ਲਿਖਿਆ ਹੋਇਆ ਤੁਹਾਡਾ ਔਡਰ ਨੰਬਰ ਹੈ ਜਿਹੜਾ T32 ਹੈ ਅਤੇ ਇਹਦੇ ਉੱਪਰ ਵੀ ਆ ਦੇਖੋ 32 ਨੰਬਰ ਆ ਰਿਹਾ ਨਾ ਅਤੇ ਇਹਦਾ ਹੁਣ ਕੀ ਹੈ ਵੀ ਜਦੋਂ ਆਪਣਾ ਔਡਰ ਆ ਗਿਆ ਤਾਂ ਇਹਦਾ ਅਲਾਰਮ ਵਗੈਰਾ ਬੋਲੂਗਾ ਅਤੇ ਇਹ ਇਹਨਾਂ ਦਾ ਪੀਜ਼ਾ ਹੱਟ ਦਾ ਹੀ ਹੈ ਲਾਈਟਿੰਗ ਵਗੈਰਾ ਜਗੂਗੀ ਉਦੋਂ ਅਤੇ ਬਾਕੀ ਦੇਖਦੇ ਹਾਂ ਆਉਣ ਦੇ ਔਡਰ ਤੁਹਾਨੂੰ ਫਿਰ ਦਿਖਾਵਾਂਗੇ ਕੀ ਹੁੰਦਾ ਲਓ ਜੀ ਆਹ ਆ ਗਿਆ ਪੀਜ਼ਾ ਇਹ ਹੁਣ ਪੀਜ਼ਾ ਅਸੀਂ ਖਾਂਦੇ ਹਾਂ ਭੁੱਖ ਲੱਗ ਰਹੀ ਸੀ ਭਰਾਵਾ ਲੈ ਪਾ ਲਈਏ ਹੁਣ ਸੌਸ ਵਗੈਰਾ ਚੰਗਾ ਫਿਰ ਖਾ ਖੂ ਕੇ ਫਿਰ ਚੱਲਦੇ ਹਾਂ ਆਪਾਂ ਅੱਗੇ ਲਓ ਪੀਜ਼ਾ ਪੂਜ਼ਾ ਲਿਆ ਹੁਣ ਖਾ ਅਤੇ ਹੁਣ ਅਸੀਂ ਨਿਕਲਦੇ ਹਾਂ ਅੱਗੇ ਚੱਲਦੇ ਹਾਂ ਦੇਖਦੇ ਹਾਂ ਹੋਰ ਦਿਖਾਉਂਦੇ ਹਾਂ ਤੁਹਾਨੂੰ ਅੱਗੇ ਹੁਣ ਕਿਹੜੇ ਪਾਸੇ ਅੰਡਰ ਵਾਟਰ ਪਾਰਕ ਯੂ ਵਗੈਰਾ ਇੱਧਰ ਲਓ ਜੀ ਸਹੀ ਗੱਲ ਆ ਆਹ ਟੈਕਸੀ ਇੱਥੇ ਵੀ ਹੈ ਦੇਖੋ ਆਹ ਦੇਖੋ ਇੱਧਰ ਹੀ ਆਵੇ ਕਿੱਧਰ ਹੈ ਚੱਲ ਆ ਜਾ ਫਿਰ ਹੈ ਐ ਨਹੀਂ ਆਉਣਾ ਸੀ ਹਾਂ ਇੱਥੇ ਬਾਈ ਫੋਟੋ ਖਿੱਚਦੇ ਯਾਰ ਜ਼ਰੂਰ ਜੀ ਨਾ ਭਰਾ ਦੀ ਰਿਕੁਐਸਟ ਕਰਨੀ ਪੈਂਦੀ ਹੈ ਫੋਟੋ ਖਿੱਚਾਉਣ ਵਾਸਤੇ
ਖਿੱਚਦੇ ਆ। ਬਹੁਤ ਵਧੀਆ ਦ੍ਰਿਸ਼ ਬਣਾਇਆ ਦੇਖਿਆ ਨਾ। ਹੋਰ ਤਾਂ ਗੱਲਾਂ ਦੀਆਂ ਗੱਲਾਂ ਭਰਾ, ਸਕਰੀਨ ਦੇਖ ਕਿੱਡੀ ਹੈ ਹੈਨਾ। ਸਹੀ ਗੱਲ ਆ। ਲਓ ਜੀ ਦੇਖੋ ਇਹ ਦੁਬਈ ਦੀ ਤਰੱਕੀ, ਸਕਰੀਨ ਦੇਖੋ ਲੱਗੀ। ਹਾਂ ਹਾਂ ਅੰਡਰ ਵਾਟਰ ਪਾਰਕ ਉਹੀ ਹੈ, ਅੰਡਰ ਵਾਟਰ ਯੂ ਆ। ਆਹ ਦੇਖੋ ਚੱਲਦੇ ਆ ਜਾ ਨੀਚੇ। ਲਓ ਜੀ ਦੇਖੋ ਆਹ ਦੇਖੋ ਸਕਰੀਨ, ਇਹ ਲੱਗਦਾ ਐਂ ਲੱਗਦਾ ਵੀ ਰਾਤ ਹੋ ਗਈ ਹੈ ਨਾ। ਆਹ ਦੇਖੋ ਉੱਪਰ ਪਰ ਛੱਤ ਇੱਦਾਂ ਦੀ ਹੈ। ਅਤੇ ਵੈਸੇ ਹਜੇ ਮੇਰੇ ਖਿਆਲ 'ਚ ਕਿੰਨੇ 2 ਵਜੇ ਤਿੰਨ ਸਾਢੇ 3 ਵੱਜ ਗਏ ਅਤੇ ਇੰਡੀਆ ਦੇ ਕਿੰਨੇ ਵੱਜ ਗਏ? ਇੰਡੀਆ ਦੇ ਵੱਜ ਗਏ 5 ਸ਼ਾਮ ਦੇ 5 ਇੰਡੀਆ ਦੇ 5 ਵੱਜ ਗਏ ਅਤੇ ਇੱਥੇ 3:30 ਵੱਜ ਗਏ। ਆਹ ਸੀ ਟਿਕਟ ਕਾਊਂਟਰ ਇੱਥੇ ਅੰਡਰ ਵਾਟਰ ਪਾਰਕ ਯੂ ਦਾ। ਹਾਂ ਇੱਥੇ ਇੱਥੇ ਫੋਟੋ ਖਿੱਚੀਏ ਜਹਾਜ਼ ਨਾਲ। ਲਓ ਜੀ ਆਹ ਪ੍ਰਾਈਜ਼ ਹੈ ਅੰਡਰ ਵਾਟਰ ਪਾਰਕ ਯੂ ਦੇ। ਆਹ ਦੇਖੋ ਜੀ ਠੀਕ ਹੈ। ਓਕੇ ਜੀ ਅਤੇ ਦੇਖਦੇ ਹਾਂ ਆਪਾਂ ਕੀ ਬਣਦਾ। ਲਓ ਜੀ ਆਪਾਂ ਨੀਚੇ ਜਾਣ ਵਾਸਤੇ ਲਿਫਟ ਦੇਖਦੇ ਹਾਂ ਲੱਭਦੇ ਹਾਂ ਅਤੇ ਕਿੱਥੇ ਆ ਇੱਧਰ ਵੀ ਆ ਗਿਆ ਐਮਰਜੈਂਸੀ ਹੈ ਨਾ ਫਿਰ ਇੱਦਾਂ। ਹਾਂ ਆਪਾਂ ਜਿਹੜਾ 2 ਚ ਹਾਂ ਮੈਂਟਸ 2 ਹੋਊਗਾ ਮੇਰੇ ਖਿਆਲ ਦੇ ਵਿੱਚ ਕਿ ਮੈਂਟਸ 2 ਜਾਂ ਗਰਾਊਂਡ ਹੈ ਗਰਾਊਂਡ ਜੀ ਨਹੀਂ ਆਇਆ ਸੀਗਾ ਮੈਂ ਕਿਹਾ ਕਿਤੇ ਹੋਰ ਥੱਲੇ ਦਾ ਜਾਣਾ ਹੋਵੇ ਨਾ। ਲਓ ਜੀ ਆਹ ਹੈ ਅੰਡਰ ਵਾਟਰ ਯੂ ਦੇਖੋ। ਇਹ ਦੁਬਈ ਵਾਲਿਆਂ ਨੇ ਸ਼ੀਸ਼ਿਆਂ 'ਚ ਮੱਛੀਆਂ ਰੱਖੀਆਂ ਹੋਈਆਂ ਹੈ ਨਾ। ਹਾਂ ਬਿਲਕੁਲ ਲੈ ਆਹ ਦੇਖੋ ਭੀੜ ਦੇਖੋ ਜੀ ਕਿੰਨੀ ਲੱਗੀ ਹੋਈ ਹੈ ਇੱਥੇ। ਆਹ ਦੇਖੋ ਦੇਖੋ ਪਾਣੀ ਦੇ ਵਿੱਚ ਮੱਛੀਆਂ ਪਾਣੀ ਦੇ ਵਿੱਚ। ਲਓ ਜੀ ਇਹ ਅੰਡਰ ਵਾਟਰ ਆਹ ਦੇਖੋ ਪਾਣੀ ਦੇ ਵਿੱਚ ਆ ਜਿਹੜੀਆਂ ਮੱਛੀਆਂ ਵਗੈਰਾ ਦੇਖੋ ਉੱਪਰ ਦੇਖੋ ਆਹ ਦੇਖੋ
ਦੇਖ ਸਕਦੇ ਹੋ, ਆਹ ਦੇਖੋ, ਆਹ ਦੇਖੋ, ਵਾਹ ਕਿੰਨੀ ਸੋਹਣੀ ਮੱਛੀ ਹੈ ਦੇਖੀ, ਹੈ ਨਾ, ਹੱਸਦੀ ਜਾਂਦੀ ਹੈ ਨਾ, ਹਾਂ ਪੂਰੀ ਮੂੰਹ ਹੀ ਬੰਦਿਆਂ ਵਰਗਾ, ਹਾਂ ਸਹੀ ਗੱਲ ਹੈ, ਕਹਿੰਦਾ ਬੰਦਿਆਂ ਵਰਗਾ ਮੂੰਹ ਹੈ, ਉਹ ਲੰਮੀ ਪੀ ਹੋਈ ਜਾਂਦੀ, ਆਹ ਦੇਖ ਬਹੁਤ ਤਰ੍ਹਾਂ ਦੀਆਂ ਮੱਛੀਆਂ, ਹੈ ਨਾ, ਚੜ ਕੇ ਘੇਟਾ ਕਰਨਾ, ਸਹੀ ਗੱਲ ਆ, ਆਹ ਦੇਖੋ, ਹਾਂ ਕਿੰਨੀ ਵੱਡੀ ਮੱਛੀ ਹੈ ਨਾ, ਸਿਰ ਦੇਖੋ ਕਿਵੇਂ ਉਹ, ਹਾਂ ਮੜਕੇ ਜੇ ਲੱਗੇ, ਸਹੀ ਗੱਲ ਆ। ਲਓ ਜੀ, ਇਹ ਹੈ ਆਪਣਾ ਦੁਬਈ ਮੋਲ ਦਾ ਅੰਡਰ ਵਾਟਰ ਪਾਰਕ ਯੂ, ਆਹ ਦੇਖੋ ਮੱਛੀ, ਆਹ ਦੇਖੋ, ਹਾਂ ਆਹ ਦੇਖੋ, ਆਹ ਦੇਖੋ, ਹੈ ਨਾ, ਕਿੰਨੀਆਂ ਕਿੰਨੀਆਂ ਮੱਛੀਆਂ ਦੇਖੋ, ਦੇਖ ਸਕਦੇ ਹੋ, ਆਹ ਦੇਖੋ, ਇਹ ਅੰਡਰ ਵਾਟਰ ਪਾਰਕ ਜੂ ਹੈ, ਇਹਦੇ ਵਿੱਚ ਵੀ ਆਪਾਂ ਜਾ ਸਕਦੇ ਹਾਂ, ਲੇਕਿਨ ਅਸੀਂ ਬਾਹਰੋਂ ਵੀਡੀਓ ਬਣਾ ਰਹੇ ਹਾਂ, ਵਿੱਚ ਜਾਣਾ ਟਿਕਟ ਤੋਂ ਬਿਨਾਂ ਅਲਾਊਡ ਨਹੀਂ, ਅਤੇ ਟਿਕਟ ਹੈ ਜਿਹੜੀ ਇਹਦੀ ਕਾਫੀ ਕੋਸਟਲੀ ਟਿਕਟ ਹੈ ਜਿਹੜੀ ਇਹਦੀ ਪੈਂਦੀ ਹੈ, ਅਤੇ ਆਪਾਂ ਕਹਿ ਸਕਦੇ ਜੀ ਇੰਡੀਆ ਦੇ ਹਿਸਾਬ ਨਾਲ ਲਾਈਏ ਤਾਂ ਤਕਰੀਬਨ 10,000 ਤੋਂ ਪਲੱਸ ਪਲੱਸ ਇਹਦੀ ਟਿਕਟ ਹੈ ਅੰਦਰ ਜਾ ਕੇ ਦੇਖਣ ਲਈ, ਹੈ ਨਾ, ਅਤੇ ਅੱਜ ਆਪਾਂ ਹੋਰ ਚੱਲਦੇ ਹਾਂ, ਘੁੰਮਦੇ ਹਾਂ, ਆਹ ਦੇਖੋ ਕਿੰਨੀ ਭੀੜ ਹੈ, ਕਿੰਨੇ ਲੋਕ ਇੱਥੇ ਖੜ੍ਹੇ ਹੋਏ ਆ ਇਹਨਾਂ ਮੱਛੀਆਂ ਨੂੰ ਦੇਖਣ ਵਾਸਤੇ, ਉਹ ਦੇਖੋ ਉੱਪਰ ਝੁੰਡ ਪੂਰਾ, ਹੈ ਨਾ, ਉਹ ਦੇਖੋ ਪੂਰਾ ਝੁੰਡ, ਆਹ ਦੇਖੋ ਕਿੰਨੀਆਂ, ਆਹ ਦੇਖੋ ਅੰਦਰ ਬੰਦੇ ਗਏ, ਹਾਂ ਉਹ ਬੰਦੇ ਫਿਰਦੇ ਅੰਦਰ, ਹੈ ਨਾ, ਆਹ ਦੇਖੋ ਬਹੁਤ ਮੱਛੀਆਂ, ਬਹੁਤ ਮੱਛੀਆਂ, ਆਹ ਦਿਨ ਤਾਂ ਬੰਦੇ ਕੋਲ ਗਿੰਜਾ, ਹਾਂ ਪਰ ਬੰਦੇ ਨੂੰ ਟੱਚ ਨਹੀਂ ਕਰ ਸਕਦੇ, ਗਲਾਸ ਦਾ ਹਿੱਸਾ ਉਹ ਆ ਗਿਆ, ਤਾਂ ਚੱਲਦੇ ਅੱਗੇ ਆਪਾਂ ਹੋਰ ਦਿਖਾਉਂਦੇ ਹਾਂ ਤੁਹਾਨੂੰ, ਆ ਜਾਓ ਦੇਖੋ ਕਿੰਨੀ ਭੀੜ ਹੈ ਜਿਹੜੀ ਇਕੱਠੀ ਹੋਈ ਹੋਈ ਹੈ ਇਹਨਾਂ ਨੂੰ ਦੇਖਣ ਵਾਸਤੇ, ਆਹ ਦੇਖੋ ਕਿਵੇਂ ਇਹਨਾਂ ਨੇ ਗੋਲ ਚੱਕਰ ਲਾਇਆ ਹੋਇਆ ਦੇਖਿਓ, ਅਤੇ ਆਹ ਦੇਖੋ, ਆਹ ਦੇਖੋ ਕਿੰਨਾ ਗੋਲ ਚੱਕਰ ਦੇ ਵਿੱਚ ਵਿੱਚ ਘੁੰਮ ਰਹੀਆਂ, ਦੇਖੋ ਕਿਵੇਂ, ਦੇਖ ਸਕਦੇ ਹੋ, ਮੈਡਮ ਕਹਿੰਦੀ ਮੈਨੂੰ ਹਿੰਦੀ ਨਹੀਂ ਆਉਂਦੀ, ਹੈ ਗੱਲਾਂ ਕੌਣ ਕਰਦਾ ਹੁੰਦਾ ਕਦੇ ਇਹੋ ਜਿਹੇ ਕੰਮ 'ਚ, ਇਹ ਤਾਂ ਕਹਿੰਦੇ ਉਹ ਟਾਈਮ ਪਾਸ ਕਰਦਾ ਜਦੋਂ ਆਪਾਂ ਬੁਰਜ ਖਲੀਫਾ ਦਾ ਰਾਸਤਾ ਪੁੱਛ ਰਹੇ ਹਾਂ ਵੀ ਉਹ 'ਚ ਹਿੰਦੀ ਵਾਲੀ ਗੱਲ ਹੀ ਨਹੀਂ, ਵੀ ਬੁਰਜ ਖਲੀਫਾ ਤਾਂ ਸਮਝ ਆਉਂਦਾ ਹੀ ਹੈ, ਥੋੜ੍ਹੀ ਪੁੱਛੀ ਕਿਹੜੇ ਪਾਸ, ਸਹੀ ਗੱਲ ਹੈ ਕੋਈ ਬੁਰਜ ਮਾਨਸਾ ਨਹੀਂ ਪੁੱਛਿਆ, ਅਤੇ ਚਲੋ ਫਿਰ ਵੀ ਕਿਵੇਂ ਨਾ ਕਿਵੇਂ ਭਰਾਵਾ ਸਮਝਾ ਤਾ, ਚੱਲਦੇ ਆਪਾਂ ਦੇਖਦੇ ਹਾਂ, ਸਿਫੋਰਾ
ਥੈਂਕ ਯੂ। ਹੈਲੋ ਜੀ, ਹਾਂ ਬਿਲਕੁਲ ਥੱਲੇ, ਹਾਂ ਉੱਥੋਂ ਚੱਲਦੇ ਆਪਾਂ, ਹੁਣ ਥੱਲੇ ਤਾਂ ਆਪਾਂ ਇੱਧਰ ਵੀ ਜਾ ਸਕਦੇ, ਇੱਧਰੋਂ ਆ ਜਾ, ਆ ਜਾ ਥੱਲੇ ਜਾਣਾ, ਆ ਜਾ ਇੱਧਰ ਦੀ ਚੱਲਦੇ ਆਪਾਂ ਥੱਲੇ। ਹਾਂ ਸਹੀ ਗੱਲ ਆ। ਲਓ ਜੀ, ਅਸੀਂ ਹੁਣ ਬੁਰਜ ਖਲੀਫਾ ਨੂੰ ਚੱਲਦੇ ਹਾਂ। ਦੇਖਦੇ ਹਾਂ ਬੁਰਜ ਖਲੀਫਾ ਕਿਸ ਤਰ੍ਹਾਂ ਦਾ ਲੱਗਦਾ ਮੈਂ ਦੇਖ ਤੋਂ ਜਾ ਕੇ। ਟੀ ਵੀ ਵਗੈਰਾ ਦੇ ਵਿੱਚ ਤਾਂ ਆਪਾਂ ਅਕਸਰ ਹੀ ਜਿਹੜਾ ਦੇਖਿਆ ਹੋਊਗਾ। ਅਤੇ ਨੇੜੇ ਜਾ ਕੇ ਦੇਖਾਂਗੇ। ਲਓ ਜੀ ਦੇਖੋ ਮੌਲ ਦਾ ਦ੍ਰਿਸ਼, ਤਕਰੀਬਨ ਤੁਹਾਨੂੰ ਸਾਰਾ ਮੌਲ ਹੀ ਜਿਹੜਾ ਘੁਮਾਤਾ। ਇੱਧਰ ਹੈ ਨਾ, ਆ ਜਾ ਇੱਧਰ ਚੱਲਦੇ ਆ। ਲਓ ਜੀ, ਹਾਂ ਹਾਂ ਬਿਲਕੁਲ ਟਿਮ ਹੋਟਲ, ਟਿਮ ਹੋਟਲ ਹਾਂ ਚੱਲ ਗਿਆ ਹੈ, ਪੀਣੀ ਹੈ ਟਿਮ ਹੋਟਲ ਦੀ ਕੌਫੀ, ਇਹ ਤੋਂ ਘੱਟ ਨਹੀਂ ਦਿੰਦੇ। ਉਹ ਤਾਂ ਹੈਗਾ ਹੀ ਹੈ। ਇਹ ਤਾਂ ਆਪਾਂ ਕਹਿੰਦੇ ਕਿ ਤਾਂ ਪੰਜਾਹੀ ਨਾ ਹੋਣ, ਹਾਂ ਤਾਂ ਆਪਣੀ ਹੁੰਦੀ ਹੈ ਬਿਲਕੁਲ। ਆ ਗੇਟ ਬੜਾ ਵੱਡਾ ਯਾਰ, ਹੈ ਨਾ, ਦੇਖ ਘੁੰਮਦਾ ਕਿਵੇਂ ਆ। ਸਹੀ ਗੱਲ, ਲਓ ਜੀ ਆ ਗਿਆ ਆਪਾਂ ਹੁਣ ਬਾਹਰ ਨੂੰ ਦੁਬਾਰੇ। ਹਾਂਜੀ ਹਾਂ ਬਿਲਕੁਲ, ਆ ਸੀ ਬੁਰਜ ਖਲੀਫਾ, ਆ ਜਾ ਉੱਪਰ ਚੱਲਦੇ ਹਾਂ। ਫੋਟੋ
ਲਓ ਜੀ ਆ ਹੈ ਬੁਰਜ ਖਲੀਫਾ, ਪਿੱਛੋਂ ਦਿਖਾਉਣ ਦੀ ਸਾਨੂੰ ਕੋਸ਼ਿਸ਼ ਕਰਦੇ ਹਾਂ। ਆਹ ਦੇਖੋ ਇਸ ਦੇ ਆਪਾਂ ਅੰਦਰ ਵੀ ਜਾ ਸਕਦੇ ਹਾਂ, ਲੇਕਿਨ ਅੰਦਰ ਜਾਣ ਦੀ ਇਹਦੇ ਮਤਲਬ ਕਿ ਇਹ ਟਿਕਟ ਹੈਗੀ ਆ। ਸਹੀ ਗੱਲ ਆ, ਦੇਖੋ ਬਿਲਡਿੰਗਾਂ ਦੇਖ ਕਿਤੀਆਂ ਕਿਤੀਆਂ ਉੱਚੀਆਂ। ਆਹ ਦੇਖੋ ਲੈ ਹੁਣ ਆਪਾਂ ਫੋਟੋ ਸ਼ੂਟ ਕਰ ਲਈਏ ਇੱਥੇ ਨਾ। ਲਓ ਜੀ ਆਹ ਹੈ ਬੁਰਜ ਖਲੀਫਾ, ਦੇਖ ਲਓ ਤੁਸੀਂ ਇਹ ਬੁਰਜ ਖਲੀਫਾ ਜਿਹੜਾ ਟੀਵੀਆਂ 'ਤੇ ਫੋਟੋਆਂ 'ਤੇ ਦੇਖਿਆ ਜਾਂਦਾ ਸੀ, ਦੁਬਈ ਦਾ ਮਸ਼ਹੂਰ ਸਭ ਤੋਂ ਬਿਲਡਿੰਗ ਕਹਿ ਸਕਦੇ ਹਾਂ ਆਪਾਂ ਬੁਰਜ ਖਲੀਫਾ। ਇਹ ਬੁਰਜ ਖਲੀਫਾ ਇੱਧਰ ਰਹਿ ਗਿਆ ਦੁਬਈ ਮੌਲ, ਅਤੇ ਦੁਬਈ ਮੌਲ ਦੇ ਵਿੱਚੋਂ ਹੀ ਰਸਤਾ ਇਹਨੂੰ, ਅਤੇ ਆਹ ਬੁਰਜ ਖਲੀਫਾ ਆ ਗਿਆ। ਇਹ ਬੁਰਜ ਖਲੀਫਾ ਹੈ ਨਾ, ਅਤੇ ਸ਼ਾਮ ਨੂੰ ਇੱਥੇ ਫਾਊਂਟੇਨ ਸ਼ੋਅ ਹੋਊਗਾ ਅਤੇ ਉਹ ਵੀ ਤੁਹਾਨੂੰ ਦਿਖਾਵਾਂਗੇ, ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਦੱਸਾਂਗੇ ਤੁਹਾਨੂੰ। ਅਤੇ ਮਿਲਦੇ ਹਾਂ ਆਪਾਂ ਹੁਣ ਅੱਗੇ, ਹੋਰ ਦੇਖਦੇ ਹਾਂ ਕੁਛ, ਫਿਰ ਮਿਲਦੇ ਹਾਂ। ਲਓ ਜੀ ਆਹ ਸੀ ਦੁਬਈ ਮੌਲ, ਜਿੰਨਾ ਕੁ ਤੁਹਾਨੂੰ ਦਿਖਾ ਸਕੇ ਅਸੀਂ ਦਿਖਾਇਆ। ਅਤੇ ਉਹ ਸੀ ਉੱਪਰ ਵਾਟਰਫਾਲ ਹੈ ਨਾ, ਅਤੇ ਕਾਫੀ ਕੋਸ਼ਿਸ਼ ਕੀਤੀ ਅਸੀਂ, ਬਹੁਤ ਚੱਲੇ ਪੈਦਲ। ਅੱਜ ਤਾਂ ਮੇਰੇ ਖਿਆਲ ਨਾਲ ਕਿਲੋਮੀਟਰਾਂ ਦੇ ਹਿਸਾਬ ਨਾਲ ਹੀ ਚੱਲੇ ਹੋਵਾਂਗੇ ਆਪਾਂ ਹੈ ਨਾ, ਇੰਨੀ ਤੱਕ ਆਪਣੀ ਕੈਮਰੀ ਨਹੀਂ ਚੱਲੀ। ਸਹੀ ਗੱਲ ਆ, ਜਿੰਨੇ ਆਪਾਂ ਚੱਲ ਪਏ ਬਹੁਤ ਤੁਰੇ, ਅੱਜ ਤੜਕੇ ਜੇ ਆਪਾਂ ਤੁਰੇ ਫਿਰਦੇ ਹਾਂ, ਪੈਦਲ ਹੀ ਹਾਂ ਆਪਾਂ ਹੈ ਨਾ। ਅਤੇ ਹਾਂ ਬਿਲਕੁਲ ਉੱਪਰ ਵਾਟਰਫਾਲ ਹੈ, ਦੇਖਦੇ ਹਾਂ ਆਪਾਂ। ਅਤੇ ਆਪਾਂ ਆਹ ਵੀ ਵੀਡੀਓ ਬਣਾ ਦਈਏ ਆਪਦੀ ਹੈ ਨਾ। ਹਾਂ ਲੈ ਵੀ ਜਿਹੜੇ ਚੈਨਲ 'ਤੇ ਨਵੇਂ ਹੁਣ ਸਬਸਕ੍ਰਾਈਬ ਦੱਬ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਸਬਸਕ੍ਰਾਈਬ ਵਾਲਾ ਬਟਨ ਆ ਜਿਹੜਾ ਜ਼ਰੂਰ ਦੱਬ ਦਿਓ, ਠੀਕ ਹੈ। ਅੱਗੇ ਹੁਣ ਤੁਹਾਨੂੰ ਦਿਖਾਉਣੇ ਆ ਵਾਟਰਫਾਲ। ਹਾਂ ਹਾਂ ਵਾਟਰਫਾਲ ਆ ਗਿਆ ਬਾਈ, ਵਾਟਰਫਾਲ ਆ ਗਿਆ, ਇਹ ਰਿਹਾ ਵਾਟਰਫਾਲ। ਹਾਂਜੀ ਹਵਾ ਬਹੁਤ ਠੰਡੀ ਆ ਰਹੀ ਹੈ ਜੇ ਇੱਥੇ ਨਾ, ਪਾਣੀ ਦੇ ਦੋ ਵਾਟਰਫਾਲ ਦੇ ਆ ਗਏ। ਹਾਂ ਮੇਰੇ ਵਰਗੇ ਕਿਵੇਂ ਲਟਕੇ ਪਏ ਆ, ਛਾਲਾਂ ਮਾਰ ਗਏ ਨਾ ਉੱਥੋਂ, ਅਤੇ ਆਹ ਵਿਚਾਲੇ ਕਿਵੇਂ ਲਟਕ ਗਏ ਫਿਰ। ਆਹ ਦੇਖੋ ਆਹ ਕਿੰਨੇ ਬੰਦੇ ਆਹ ਵਿਚਾਲੇ ਲਟਕੇ ਪਏ ਦੇਖੋ ਹੈ ਨਾ। ਆਹ ਦੇਖੋ ਹੈ ਨਾ, ਚਲੋ ਅਸੀਂ ਮਾੜਾ ਜਿਹਾ ਇੰਜੋਏ ਕਰ ਲਈਏ ਅਤੇ ਫਿਰ ਤੁਹਾਨੂੰ ਹੋਰ ਅੱਗੇ ਦਿਖਾਉਣੇ ਆ, ਹੋਰ ਵੀਡੀਓ ਦਿਖਾਵਾਂਗੇ ਤੁਹਾਨੂੰ, ਅਤੇ ਅਸੀਂ ਮਾੜਾ ਜਿਹਾ ਇੱਥੇ ਫੋਟੋ ਸ਼ੂਟ ਵਗੈਰਾ ਕਰ ਲਈਏ। ਆਹ ਦੇਖੋ ਜੀ ਦੁਬਈ ਮੌਲ ਦੇ ਵਿੱਚ ਸਕੇਟਿੰਗ ਗਰਾਊਂਡ, ਇੱਥੇ ਮੁਕਾਬਲੇ ਵਗੈਰਾ ਵੀ ਸਕੇਟਿੰਗ ਦੇ ਹੋ ਸਕਦਾ ਹੁੰਦੇ ਹੋਣਗੇ, ਪਰ ਆਹ ਦੇਖੋ ਸਕੇਟਿੰਗ, ਆਹ ਦੇਖੋ ਇੱਕ ਜੋੜਾ ਫਿਰਦਾ ਸਕੇਟਿੰਗ ਕਰਦਾ। ਆਹ ਦੇਖੋ ਆਹ ਦੇਖੋ ਹਾਂ ਆਹ ਸਿੱਖਣ ਵਾਸਤੇ ਵੀ ਵਧੀਆ ਨਾ ਸਿਸਟਮ, ਆਹ ਨਾਲ ਗੁੱਡੇ ਜੇ ਫੜਾ ਦਿੰਦੇ ਆ ਦੇਖੋ, ਆਹ ਸਿੱਖਦਾ ਜਾਂਦਾ ਜਿਵੇਂ ਹੈ। ਅੱਛਾ ਨੀਚੇ ਕੀ ਆ, ਬਰਫ਼ ਹੈ ਨੀਚੇ, ਨਹੀਂ ਤਾਂ ਹਾਂ ਸਹੀ ਗੱਲ ਹੈ ਨਾ। ਹਾਂ ਬਿਲਕੁਲ ਬਿਲਕੁਲ ਇਹੀ ਹੈ ਫਿਰ, ਆਈਸ ਸਕੇਟਿੰਗ। ਅੱਛਾ ਟਾਇਰ ਨਹੀਂ ਲੱਗੇ ਹੋਏ ਨੀਚੇ,
ਵਾਹ ਬੜਾ ਤੇਜ਼ ਜਾਂਦੀ ਹੈ ਯਾਰ ਆਹ, ਹੈ ਨਾ ਦੇਖੀ, ਵਾਹ ਵਾਹ ਆਹ ਦੇਖਿਓ, ਆਹ ਕੁੜੀ ਦੇਖਿਓ, ਵਾਹ 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 ਆਹ ਦੇਖਿਓ ਕੁੜੀ ਦਾ ਸਟੰਟ, ਆਹ ਦੇਖਿਓ ਸਪੀਡ ਹੀ ਬੜੀ ਹੈ, ਤੇਜ਼ ਹੀ ਬੜੀ ਚਲਾਉਂਦੀ ਹੈ ਨਾ, ਵਾਹ ਦੇਖ ਵਾਹ ਜੀ ਵਾਹ, ਬਾਕੀ ਟੈਲੈਂਟ ਹੈ ਹਨਾ, ਇਹ ਹੈ ਆਈਸ ਸਕੇਟਿੰਗ, ਬੈਲੈਂਸ ਹੁੰਦਾ ਨਹੀਂ ਇਹਦੇ ਵਿੱਚ, ਟੈਲੈਂਟ ਆ ਨਾ, ਬੈਲੈਂਸ ਤਾਂ ਚਲੋ ਬਣਾ ਕੇ ਰੱਖਿਆ ਹੋਇਆ ਹੈ, ਹਾਂ ਉਹ ਵੀ ਤਾਂ ਹੈਗਾ, ਜੇ ਟੈਲੈਂਟ ਹੈ ਫਿਰ ਹੀ ਬੋਡੀ ਬੈਲੈਂਸ ਬਣਾਇਆ ਹੋਇਆ ਨਾ ਇਸ ਚੀਜ਼ ਦਾ, ਉਹ ਡਿੱਗ ਪਿਆ, ਉਹ ਮੇਰੇ ਵਰਗਾ ਥੱਲੇ ਵੱਜਿਆ ਗਿਆ, ਉਹ ਦੇਖੋ ਡਿੱਗੂ ਮਿਲਾ ਭੱਜ ਲਿਆ ਸਿੱਧਾ, ਹੁਣ ਗੋਡੇ ਤੜਾ ਕੇ ਨਾ ਵਿੰਗਾ ਵਿੰਗਾ ਜਿਹਾ ਤੁਰਦਾ ਸਿੱਧਾ ਭੱਜਦਾ, ਬਾਕੀ ਹੈ ਨਿੱਕੇ ਨਿੱਕੇ ਇਹ ਉਹ ਪਿਆ ਦੁਬਾਰੇ ਦੁਬਾਰੇ ਫਿਰ ਚੋਬਰਾ, ਆਪਣੇ ਬੱਸ ਦਾ ਰੋਗ ਨਹੀਂ ਹੈਗਾ, ਹਟ ਜਾ ਵੀ ਤੂੰ ਆ ਸੀ ਨਾ, ਚੱਲ ਫਿਰ ਵੀ ਯਾਰ ਜਵਾਨ ਕੋਸ਼ਿਸ਼ ਤਾਂ ਕਰ ਰਿਹਾ ਯਾਰ, ਹੈਨਾ ਆਹ ਵਧੀਆ ਸਿੱਖਣ ਵਾਸਤੇ ਜਿਹੜਾ ਆਹ ਚੀਜ਼ ਹੈ ਯਾਰ, ਹੈਨਾ ਇਹ ਡਿੱਗਦਾ ਨਹੀਂ ਹੈ ਨਾ, ਸਲਿਪ ਨਹੀਂ ਕਰਦੇ ਨਾ ਉਹ ਗੁੱਡਾ ਦੇ ਨਾਲ, ਉਹ ਰੁੜਿਆ ਹੁੰਦਾ ਆਹ, ਬੜਾ ਸਕੇਟਿੰਗ ਪੂਰੀ ਕਰੀ ਜਾਂਦੀ ਹੈ ਯਾਰ, ਦੇਖੀ ਹੁਣ ਕਦੋਂ ਦੀ ਲੱਗੀ ਹੈ ਨਾ, ਹਾਂ ਆਓ ਸੀ ਨਾ, ਆਓ ਸੀ ਆਹ ਜੋੜਾ ਸਕੇਟਿੰਗ ਕਰੀ ਜਾਂਦਾ ਇੱਕ, ਆਹ ਦੇਖੋ ਚਲੋ ਇਹ ਸੀ ਸਕੇਟਿੰਗ, ਇਹ ਬਰਫ਼ ਹੈ ਜਿਹੜੀ ਨੀਚੇ ਹੈ, ਇਹ ਬਰਫ਼ ਦੇ ਉੱਪਰ ਹੈ ਜਿਹੜੀ ਇਹ ਸਕੇਟਿੰਗ ਹੈ ਕਰ ਰਹੇ ਨੇ ਜਿੰਨੇ ਵੀ, ਆਹ ਦੇਖੋ ਹੈ ਨਾ ਤੁਹਾਨੂੰ ਜ਼ੂਮ ਕਰ ਰੱਖਿਆ ਸੀ, ਪਹਿਲਾਂ ਜ਼ੂਮ ਕਰਕੇ ਦਿਖਾਇਆ ਸੀ, ਇਹ ਬਰਫ਼ ਦੇ ਉੱਪਰ ਸਕੇਟਿੰਗ ਕਰ ਰਹੇ ਅਤੇ ਨੀਚੇ ਇਹ ਬਰਫ਼ ਹੈ, ਡਿੱਗ ਪਈ ਵਿਚਾਰੀ ਕਰੇਗੀ ਹੈ ਨਾ, ਅਤੇ ਹਾਂ ਸਹੀ ਗੱਲ ਆ, ਅਤੇ ਉਹ ਵਿਚਾਰਾ ਸਿੱਖਣ ਦੀ ਕੋਸ਼ਿਸ਼ ਕਰ ਰਿਹਾ, ਹਾਂ ਦੇਖੋ ਇਹ ਸੀ ਆਈਸ ਸਕੇਟਿੰਗ, ਅਤੇ ਆਪਾਂ ਹੋਰ ਵੀ ਦੇਖਦੇ ਹਾਂ ਅੱਗੇ ਚੱਲਦੇ ਹਾਂ, ਅਤੇ ਦਿਖਾਉਣੇ ਤੁਹਾਨੂੰ ਹੋਰ ਵੀ ਕਾਫੀ ਚੀਜ਼ਾਂ ਇੱਥੇ ਦੇਖਣ ਵਾਲੀਆਂ ਹੈਗੀਆਂ, ਅਤੇ ਕਾਫੀ ਤੁਹਾਨੂੰ ਦਿਖਾ ਦੀਆਂ, ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਵੱਧ ਤੋਂ ਵੱਧ ਦੁਬਈ ਮੌਲ ਦਾ ਜਿਹੜਾ ਹਿੱਸਾ ਦਿਖਾਇਆ ਜਾਵੇ, ਚੱਲਦੇ ਹਾਂ ਆਪਾਂ ਅੱਗੇ ਹੁਣ ਹੋਰ ਕੁਛ ਵੀ ਦੇਖਦੇ ਹਾਂ, ਲਓ ਦੋਸਤੋ ਜੌਕੀ ਦਾ ਬ੍ਰਾਂਡ ਵੀ ਇੱਥੇ ਤੁਸੀਂ ਦੇਖ ਸਕਦੇ ਹੋ, ਜੌਕੀ ਤੁਹਾਨੂੰ ਦਿਖਾਤਾ ਦੇਖੋ, ਡੈਕੋਰੇਸ਼ਨ ਲਾਈਟਿੰਗ ਬਹੁਤ ਸੋਹਣਾ ਸਜਾਇਆ ਹੋਇਆ, ਲਓ ਜੀ ਸਾਨੂੰ ਹੋਰ ਵੀ ਦਿਖਾਉਂਦੇ ਰਹਾਂਗੇ ਨਾਲ ਨਾਲ, ਜਿਵੇਂ ਜਿਵੇਂ ਅਸੀਂ ਦੇਖਦੇ ਹਾਂ ਉਵੇਂ ਉਵੇਂ ਤੁਹਾਨੂੰ ਦਿਖਾਉਣੇ ਆ,
ਆਹ ਦੇਖੋ ਜੀ ਕੁਛ ਇਸ ਤਰ੍ਹਾਂ ਦਾ ਦ੍ਰਿਸ਼ ਜਿਹੜਾ ਹੈਗਾ ਦੁਬਈ ਮਾਲ ਦਾ। ਦੁਬਈ ਮਾਲ ਹੈ ਅਤੇ ਹੁਣ ਤੁਹਾਨੂੰ ਥੋੜ੍ਹੇ ਟਾਈਮ ਤੱਕ ਇੱਥੋਂ ਦਾ ਜਿਹੜਾ ਫਾਉਂਟੇਨ ਸ਼ੋ ਹੈ ਅਸੀਂ ਉਹ ਵੀ ਦਿਖਾਵਾਂਗੇ, ਆਹ ਦੇਖ ਸਕਦੇ ਹੋ। ਅਤੇ ਬਹੁਤ ਵੱਡਾ ਮਾਲ ਹੈ, ਸਾਨੂੰ ਤਾਂ ਇਹ ਲਾ ਲਓ ਵੀ ਦੁਪਹਿਰ ਤੋਂ ਆ ਕੇ ਲੱਗੇ ਗੇੜੇ ਦੇਣਾ ਅਤੇ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਇਹਦਾ ਸਿਰਾ ਕਿੱਥੇ ਆ। ਬਹੁਤ ਵੱਡਾ ਮਾਲ ਹੈ ਅਤੇ ਕਿਸੇ ਯਾਰ ਮਿੱਤਰ ਨੇ ਮੈਨੂੰ ਦੱਸਿਆ ਸੀ, ਕਹਿੰਦੇ 7 ਦਿਨ ਲਗਾਤਾਰ ਘੁੰਮੀ ਜਾਓ ਫਿਰ ਪੂਰਾ ਮਾਲ ਤੁਸੀਂ ਦੇਖ ਸਕੋਗੇ, ਇੰਨਾ ਵੱਡਾ ਮਾਲ ਹੈ। ਦੇਖੋ ਕਿਵੇਂ ਲੋਕ ਫਿਰਦੇ ਨੇ ਹੈ ਨਾ। ਅਤੇ ਚਲੋ ਅਸੀਂ ਤੁਹਾਨੂੰ ਵੱਧ ਤੋਂ ਵੱਧ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਤੁਸੀਂ ਬਸ ਇੱਕੋ ਹੀ ਕੰਮ ਕਰਨਾ, ਸਬਸਕ੍ਰਾਈਬ ਵਾਲਾ ਬਟਨ ਦੱਬ ਲਓ ਬਸ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਇੰਨਾ ਕੰਮ ਕਰ ਦਿਓ। ਤੁਹਾਡੇ ਵਾਸਤੇ ਅਸੀਂ ਇੰਨੀ ਮਿਹਨਤ ਕਰਦੇ, ਇੰਨੀ ਮਿਹਨਤ ਕਰਕੇ ਵੀਡੀਓ ਬਣਾ ਰਹੇ ਹਾਂ ਅਤੇ ਤੁਸੀਂ ਸਬਸਕ੍ਰਾਈਬ ਵਾਲਾ ਬਟਨ ਦੱਬੋ ਅਤੇ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ, ਤੁਹਾਡਾ ਬਹੁਤ ਧੰਨਵਾਦ ਹੋਊਗਾ। ਅਤੇ ਆਪਾਂ ਚਲੋ ਇਸ ਤੋਂ ਬਾਅਦ ਹੁਣ ਅਸੀਂ ਵੀ ਥੋੜ੍ਹਾ ਜਿਹਾ ਫੰਕਸ਼ਨ ਕਰ ਲਈਏ ਅਤੇ ਫਿਰ ਕੋਈ ਰਸਤੇ 'ਚ ਕੋਈ ਦਿਖਾਉਣ ਵਾਲੀ ਚੀਜ਼ ਹੋਈ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਅਤੇ ਫਾਉਂਟੇਨ ਸ਼ੋ ਹੈ ਜਿਹੜਾ ਉਹ ਅਸੀਂ ਜ਼ਰੂਰ ਕਵਰ ਕਰਾਂਗੇ, ਜ਼ਰੂਰ ਕਵਰ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਥੈਂਕ ਯੂ। ਲਓ ਜੀ ਆਹ ਸੀ ਆ ਗਿਆ ਡਿਕੈਥਲੋਨ, ਅਸੀਂ ਇੱਧਰ ਚੱਲਦੇ ਹਾਂ ਅੰਦਰ ਅਤੇ ਦੇਖਦੇ ਹਾਂ ਡਿਕੈਥਲੋਨ ਦਾ। ਆਹ ਦੇਖੋ ਟੈਂਟਿੰਗ ਵਗੈਰਾ, ਚੇਅਰ ਵਗੈਰਾ ਸਾਰਾ ਕੁਛ। ਆਹ ਦੇਖੋ ਆਹ ਟੈਂਟ ਆ ਗਏ। ਆਹ ਦੇਖੋ ਡਿਕੈਥਲੋਨ, ਆਪਣੇ ਇੰਡੀਆ 'ਚ ਵੀ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਊਗਾ ਇਸ ਬ੍ਰਾਂਡ ਨੂੰ। ਅਤੇ ਉਹੀ ਬ੍ਰਾਂਡ ਹੈ ਡਿਕੈਥਲੋਨ ਦਾ। ਆਹ ਦੇਖੋ ਹੈ ਨਾ ਨਿਆਰੀ ਚੀਜ਼, ਬਹੁਤ ਸਾਰੇ ਬ੍ਰਾਂਡ ਨੇ ਵੀ ਜਿਹੜੇ ਇੰਡੀਆ 'ਚ, ਤਾਂ ਚਲੋ ਹਰ ਇੱਕ ਬ੍ਰਾਂਡ ਹੀ ਹੈਗਾ ਜਿਹੜੇ ਕਿ ਆਪਣੇ ਏਰੀਏ ਦੇ ਵਿੱਚ, ਯਾਨੀ ਕਿ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ। ਆਹ ਸਾਈਕਲ ਵਗੈਰਾ ਆ ਗਏ ਸਾਰੇ, ਆਹ ਸਕੇਟਿੰਗ ਸ਼ੂਜ਼ ਆ ਗਏ ਹੈ ਨਾ। ਆਹ ਦੇਖੋ ਟੇਬਲ ਟੈਨਿਸ, ਡਿਕੈਥਲੋਨ ਡਿਕੈਥਲੋਨ। ਵੈਸੇ ਠੀਕ ਹੈ, ਇਹ ਆਪਣੇ ਦਰਸ਼ਕਾਂ ਨੂੰ ਦਿਖਾਉਣਾ ਸੀਗਾ, ਆਪਾਂ ਵੈਸੇ ਦੇਖਿਆ ਹੋਇਆ ਮੈਂ ਸਾਰਾ ਲੁਧਿਆਣੇ ਵਗੈਰਾ ਵੀ ਹੈਗਾ ਇਹਦਾ, ਲੁਧਿਆਣੇ ਹੈਗਾ, ਜੀਰਕਪੁਰ ਹੈਗਾ। ਅਤੇ ਸਭ ਕੁਛ ਮਿਲਦਾ ਇੱਥੇ, ਸਭ ਕੁਛ। ਇਹ ਟੈਂਟ ਕੈਂਪਿੰਗ ਵਾਸਤੇ, ਹਾਂ ਕੈਂਪਿੰਗ ਵਾਸਤੇ। ਕੋ ਪਈਆਂ ਬੈਟਰੀਆਂ ਕਿੱਥੇ? ਅੱਛਾ ਹਾਂ ਉਹ ਵੀ ਹੈਗੀ ਮੇਰੇ ਕੋਲ ਪਈਆਂ, ਹਾਂ ਹੈਗੀ ਹੈ ਮੇਰੇ ਕੋਲ। ਵਧੀਆ ਹੁੰਦੀਆਂ ਇਹ? ਹਾਂ ਵਧੀਆ ਹੁੰਦੀਆਂ ਕੁੱਲ ਮਿਲਾ ਕੇ, ਵੈਸੇ ਬਾਹਲੇ ਆਪਣੇ ਕੰਮ ਦੀਆਂ ਨਹੀਂ ਹੈਗੀਆਂ ਬਾਹਲੀਆਂ। ਹਾਂ ਹਾਂ ਲੈ ਕੇ ਦੇ ਦਿੰਦਾ ਜਮਾ ਜਮਾ ਐਚ ਐਂਡ ਐਮ ਹੈ।
ਸਹੀ ਗੱਲ। ਚਲੋ ਦੇਖਦੇ ਹਾਂ ਗਾਹਾਂ, ਆਪਾਂ ਚੱਲਦੇ ਹਾਂ ਹੁਣ, ਤੁਹਾਨੂੰ ਹੋਰ ਦਿਖਾਉਂਦੇ ਹਾਂ। ਅਤੇ ਆਹ ਮੱਛੀ ਵਾਲਾ ਦੇਖੋ ਦੁਬਾਰਾ, ਫਿਰ ਦੇਖ ਲਓ ਅੰਡਰ ਵਾਟਰ ਜੂ, ਆਹ ਦੇਖੋ ਫਸਟ। ਚਲੋ ਚੱਲਦੇ ਹਾਂ ਹੁਣ ਆਪਾਂ, ਦੇਖਦੇ ਹਾਂ ਫਾਉਂਟੇਨ ਸ਼ੋ ਜੇ ਸ਼ੁਰੂ ਹੋ ਗਿਆ ਤਾਂ ਆਪਾਂ ਉਹ ਦਿਖਾਵਾਂਗੇ ਤੁਹਾਨੂੰ। ਰਾਸਤੇ 'ਚ ਹੋਰ ਕੋਈ ਚੀਜ਼ ਦਿਖਾਉਣ ਵਾਲੀ ਹੋਈ ਤਾਂ ਉਹ ਵੀ ਦਿਖਾਵਾਂਗੇ। ਜਿਵੇਂ ਆਹ ਹੁਣ ਦਿਖਾਇਆ ਦਿਲਾਉਣ ਆ ਗਿਆ ਸੀ, ਤੁਹਾਨੂੰ ਦਿਖਾ ਤਾ। ਅਤੇ ਹੁਣ ਅੱਗੇ ਚੱਲਦੇ ਹਾਂ ਆਪਾਂ, ਅਤੇ ਦੇਖਦੇ ਹਾਂ ਸ਼ੋਅ ਸ਼ੁਰੂ ਹੋ ਗਿਆ ਅਤੇ ਰਾਸਤੇ 'ਚ ਹੋਈ ਕੋਈ ਦਿਖਾਉਣ ਵਾਲੀ ਉਹ ਵੀ ਜ਼ਰੂਰ ਦਿਖਾਵਾਂਗੇ। ਧੰਨਵਾਦ। ਸ਼ਾਮ ਦੇ ਸ਼ਾਮ ਨੂੰ 6 ਵਜੇ ਇਹ ਚੱਲ ਰਿਹਾ ਹੈਗਾ।
ਫ੍ਰੀ ਆਫ ਕੋਸਟ ਹੈ, ਇਸਦਾ ਕੋਈ ਵੀ ਪੈਸਾ ਜਿਹੜਾ ਨਹੀਂ ਲੱਗਦਾ। ਇਹ ਜਦੋਂ ਤੁਸੀਂ ਦੁਬਈ ਮਾਲ ਆਉਂਗੇ ਤਾਂ ਸ਼ਾਮ ਦੇ ਟਾਈਮ, ਜਿਵੇਂ ਦੁਬਈ ਦੇ ਟਾਈਮ ਮੁਤਾਬਕ, ਸ਼ਾਮ ਨੂੰ 6 ਵਜੇ ਇਹ ਫਾਉਂਟੇਨ ਸ਼ੋਅ ਹੈ ਜਿਹੜਾ ਸ਼ੁਰੂ ਹੋ ਜਾਂਦਾ ਹੈ। ਦੇਖੋ ਕਿੰਨਾ ਉੱਚੀ ਬਣ ਜਾਂਦਾ ਹੈ। ਬਹੁਤ ਵਧੀਆ ਦ੍ਰਿਸ਼ ਹੈ, ਬਹੁਤ ਵਧੀਆ ਨਜ਼ਾਰਾ ਜਿਹੜਾ ਹੈਗਾ ਦੇਖਣ ਵਾਲਾ ਹੈ। ਬਾਕੀ ਪੈਸਾ ਵਸੂਲ ਹੈ ਜਿਹੜਾ ਹੈਗਾ ਦਿੱਲੀ ਦਾ। ਵਾਕਈ ਬਹੁਤ ਵਧੀਆ ਸੀ, ਹੈ ਨਾ? ਹਾਂ ਵਾਕਈ ਸੀ ਬਹੁਤ ਵਧੀਆ। ਅਤੇ ਹੋਰ ਅਸੀਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ, ਚੱਲਦੇ ਹਾਂ ਅੱਗੇ। ਆਪਾਂ ਇਹ ਤੁਹਾਨੂੰ ਦਿਖਾਉਣਾ ਬਹੁਤ ਜ਼ਰੂਰੀ ਸੀ, ਇਸੇ ਕਰਕੇ ਤੁਹਾਨੂੰ ਦਿਖਾਇਆ, ਤਾਂ ਇਹ ਦਿਖਾ ਤਾ ਤੁਹਾਨੂੰ ਅਤੇ ਹੋਰ ਅਸੀਂ ਦਿਖਾਵਾਂਗੇ ਤੁਹਾਨੂੰ। ਅਤੇ ਆਪਾਂ ਚੱਲਦੇ ਹਾਂ ਅੱਗੇ ਅਤੇ ਹੋਰ ਕੁਛ ਦੇਖਦੇ ਹਾਂ ਹੁਣ ਆਪਾਂ, ਹੈ ਨਾ? ਅਤੇ ਫਿਰ ਆਪਾਂ, ਕਿਉਂਕਿ ਟਾਈਮ ਟੂ ਟਾਈਮ ਤੁਹਾਨੂੰ ਸਾਰਾ ਕੁਛ ਅਸੀਂ ਦਿਖਾਉਂਦੇ ਰਹਿੰਦੇ ਹਾਂ। ਲਓ ਜੀ, ਦੁਬਈ ਮੈਟਰੋ, ਹੁਣ ਆਪਾਂ ਚੱਲਦੇ ਹਾਂ ਮੈਟਰੋ 'ਤੇ ਅਤੇ ਦੇਖਦੇ ਹਾਂ ਆਪਾਂ, ਅਤੇ ਅੱਗੇ ਐਕਸਪੀਰੀਅੰਸ ਮੈਟਰੋ ਦਾ ਕੀ ਹੁੰਦਾ ਉਦੋਂ ਅੱਗੇ ਚੱਲ ਕੇ ਦੇਖਦੇ ਹਾਂ। ਦੇਖੋ ਜੀ, ਰੋਡ ਦੁਬਈ ਦੇ ਸ਼ਾਮ ਦੇ ਟਾਈਮ, ਅਤੇ ਆਹ ਬਿਲਡਿੰਗਾਂ ਦੇਖੋ ਕਿਵੇਂ ਨੇ, ਹੈ ਨਾ? ਇਹ ਮੌਲ ਦੇ ਅੰਦਰੋਂ ਤੁਸੀਂ ਵੀਡੀਓ ਦੇਖ ਰਹੇ ਹੋ ਕਿਵੇਂ ਜਾਮ ਲੱਗੇ ਹੋਏ ਸ਼ਾਮ ਦੇ ਟਾਈਮ 'ਤੇ, ਦੇਖੋ। ਅਤੇ ਵੈਸੇ ਰੋਡ ਵਗੈਰਾ ਬਹੁਤ ਖੁੱਲ੍ਹੇ ਨੇ, ਫਿਰ ਵੀ ਟ੍ਰੈਫਿਕ ਹੈਗੀ ਆ, ਪਰ ਓਨੀ ਟ੍ਰੈਫਿਕ ਨਹੀਂ ਹੈਗੀ, ਨੋਰਮਲੀ ਹੈਗੀ ਆ। ਅਤੇ ਚਲੋ ਦੇਖਦੇ ਅੱਗੇ ਚੱਲਦੇ ਹਾਂ। ਇਹ ਹੈ ਜੀ ਦੁਬਈ ਦੀ ਮੈਟਰੋ ਟ੍ਰੇਨ, ਅਸੀਂ ਮੈਟਰੋ ਸਟੇਸ਼ਨ ਦੇ ਵਿੱਚ ਹੁਣ ਮੌਜੂਦ ਹੈ ਇਸ ਟਾਈਮ ਅਸੀਂ, ਅਤੇ ਦੇਖਦੇ ਹੁਣ ਚੱਲਦੇ ਹਾਂ ਮੈਟਰੋ ਦੇ ਵਿੱਚ। ਸਾਡੇ ਕੋਲ ਕਾਰਡ ਹੈ ਜਿਹੜੇ ਉਹ ਹੈਗੇ ਆ, ਹਾਂ। ਭੀੜ ਦੇਖੋ ਜੀ ਸ਼ਾਮ ਦੇ ਟਾਈਮ ਮੈਟਰੋ ਦੇ ਵਿੱਚ, ਸ਼ਾਮ ਦੇ ਟਾਈਮ ਭੀੜ ਦੇਖ ਸਕਦੇ ਤੁਸੀਂ। ਆਹ ਦੇਖੋ ਭੀੜ ਮੈਟਰੋ, ਦੁਬਈ ਮੈਟਰੋ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੈ। ਅੱਗੇ ਜਵਾਕ ਚੱਲ, ਬਹੁਤ ਜ਼ਿਆਦਾ ਭੀੜ ਹੈ ਜਿਹੜੀ ਲੱਗੀ ਹੋਈ ਹੈ। ਅਤੇ ਸਾਡੇ ਕੋਲ ਕਾਰਡ ਸੀ, ਅਸੀਂ ਕਾਰਡ ਨਾਲ ਐਂਟਰੀ ਜਿਹੜੀ ਕਰ ਗਏ, ਅਤੇ ਹੁਣ ਦੇਖਦੇ ਆਪਾਂ ਅੱਗੇ। ਇਸ ਟਾਈਮ ਮੈਟਰੋ ਜਿਹੜੀ ਫੁੱਲ ਹੈ, ਦੇਖ ਸਕਦੇ ਹੋ ਬਹੁਤ ਜ਼ਿਆਦਾ ਭੀੜ ਮੈਟਰੋ ਦੇ ਵਿੱਚ ਜਿਹੜੀ ਲੱਗੀ ਹੋਈ ਹੈ। ਅਤੇ ਬਾਕੀ ਚੱਲਦੇ ਹਾਂ ਸਟੇਸ਼ਨ ਬਾਰੇ ਵੀ ਤੁਹਾਨੂੰ ਦੱਸਾਂਗੇ ਅੱਗੇ। ਲਓ ਜੀ, ਆਹ ਸੀ ਮੈਟਰੋ। ਅਤੇ ਮੈਟਰੋ ਦੇ ਵਿੱਚ ਅਸੀਂ ਸਫ਼ਰ ਕਰਨ ਤੋਂ ਬਾਅਦ ਹੁਣ ਚੱਲੇ ਵਾਪਸੀ। ਮੈਂ ਕਿਹਾ ਤੁਹਾਨੂੰ ਮੈਟਰੋ ਦਾ ਵੀ ਮਾੜਾ ਜਿਹਾ ਦੱਸ ਹੀ ਦੇਈਏ, ਜਾਂ ਭੀੜ ਤੁਸੀਂ ਦੇਖ ਸਕਦੇ ਹੋ ਭੀੜ ਕਿੱਦਾਂ ਹੈ। ਇੱਧਰ ਹੀ ਚੜ ਜਾਏ, ਕੋਈ ਗੱਲ ਨਹੀਂ, ਟ੍ਰੇਨ ਤਾਂ ਚੱਲੀ ਹੈ, 2 ਮਿੰਟਾਂ 'ਚ ਚੱਲ ਜਾਵਾਂਗੇ ਆਪਾਂ। ਕਾਰਡ ਸਾਡੇ ਕੋਲ ਸੀ, ਹਾਂ ਕਾਰਡ ਸਾਡੇ ਕੋਲ ਸੀ, ਕਾਰਡ ਤੁਸੀਂ ਟਿਕਟ ਕਰੀ ਸੀ, ਅਤੇ ਪਹਿਲਾਂ ਸਾਨੂੰ ਥੋੜ੍ਹੀ ਜਲਦੀ ਸੀ, ਇਸ ਕਰਕੇ ਜਿਹੜਾ ਅਸੀਂ ਦੱਸ ਨਹੀਂ ਸਕੇ ਤੁਹਾਨੂੰ ਮਾੜਾ ਜਿਹਾ ਮੈਟਰੋ ਵਾਲੇ। ਤਾਂ ਮੈਟਰੋ ਦੇ ਵਿੱਚ ਸਫ਼ਰ ਕਰਨਾ ਜਿਹੜਾ ਬਹੁਤ ਵਧੀਆ, ਅਤੇ ਕੋਈ ਵੀ ਸਫ਼ਰ ਕਰ ਸਕਦਾ। ਦੇਖੋ ਕਾਰਡ ਹੈ ਜਿਹੜਾ ਬਣਦਾ, ਲਗਭਗ 5 ਜਾਂ 6 ਦਰਾਮ ਮੇਰੇ ਖਿਆਲ ਦੇ ਵਿੱਚ ਐਕਸਟਰਾ ਲੱਗਦੇ ਆ, ਇਹ ਕਾਰਡ ਦੇ ਦਿੰਦੇ ਆ, ਅਤੇ ਲਾਈਫ ਟਾਈਮ ਉਸ ਕਾਰਡ ਨੂੰ ਆਪਾਂ ਯੂਜ਼ ਜਿਹੜਾ ਕਰ ਸਕਦੇ ਹਾਂ। ਅਤੇ ਜਦੋਂ ਕਿਰਾਇਆ ਕੱਟਿਆ ਜਾਣਾ ਅਤੇ ਉਹ ਤਾਂ ਕੱਟਿਆ ਹੀ ਜਾਣਾ, ਹੈ ਨਾ? ਅਤੇ ਚੱਲਦੇ ਹਾਂ ਅੱਗੇ, ਤੁਹਾਨੂੰ ਹੋਰ ਦਿਖਾਉਂਦੇ ਹਾਂ ਫਿਰ। ਆ ਜਾਓ, ਆਓ ਜੀ, ਆਹ ਦੇਖੋ ਇਹ ਬਾਹਰ ਜਾਣ ਦਾ ਰਸਤਾ,
ਇੱਦਾਂ ਦਾ ਸਾਡੇ ਕੋਲ ਆ ਦੇਖੋ ਕਾਰਡ ਹੈਗਾ, ਅਤੇ ਅਸੀਂ ਇੱਦਾਂ ਦਾ ਕਾਰਡ ਸਾਡੇ ਕੋਲ ਹੈਗਾ, ਅਤੇ ਇਸ ਕਾਰਡ ਨੂੰ ਅਸੀਂ ਕੀ ਹੈ ਵੀ ਇੱਥੇ ਟੱਚ ਕਰਾਂਗੇ, ਆ ਦੇਖੋ ਹਾਂ ਦਿਖਾਉਣੇ ਤੁਹਾਨੂੰ, ਆ ਦੇਖੋ ਅਤੇ ਆ ਇੱਥੇ ਟੱਚ ਕਰਿਆ ਅਤੇ ਆ ਗੇਟ ਖੁੱਲ੍ਹ ਗਿਆ, ਅਸੀਂ ਲੰਘ ਗਏ। ਕਿੰਨੇ ਕੱਟੇ? 5 ਰੁਪਏ, 5 ਦਰਾਮ ਇਹਨਾਂ ਨੇ ਕਿਰਾਇਆ ਕੱਟ ਲਿਆ, ਮੈਂ ਨਿਗਾਹ ਨਹੀਂ ਮਾਰੀ ਸੀ। ਅਤੇ ਇੱਥੋਂ ਤੁਸੀਂ ਕਾਰਡ ਆਪਦਾ ਰੀਚਾਰਜ ਵੀ ਕਰ ਸਕਦੇ ਹੋ, ਨਵਾਂ ਵੀ ਲੈ ਸਕਦੇ ਹੋ ਆਹ ਮਸ਼ੀਨਾਂ ਤੋਂ। ਅਤੇ ਆਹ ਟਿਕਟ ਕਾਊਂਟਰ ਹੈ, ਇੱਥੋਂ ਟਿਕਟ ਵਗੈਰਾ ਮੈਨੂਅਲ ਲੈਣ ਵਾਸਤੇ ਉਹ ਵੀ ਹੈਗਾ। ਅਤੇ ਹੁਣ ਆਪਾਂ ਸਟੇਸ਼ਨ ਤੋਂ ਚੱਲਦੇ ਹਾਂ ਬਾਹਰ, ਅਤੇ ਬਾਹਰ ਚੱਲ ਕੇ ਹੈ ਇੱਕੋ ਹੀ ਗੱਲ ਆ, ਕੋਈ ਗੱਲ ਨਹੀਂ ਬਾਹਰ ਚੱਲ ਕੇ ਹਾਂ ਇਧਰਲੇ ਪਾਸੇ ਹੋ ਜਾ, ਆਪਾਂ ਚੱਲਦੇ ਹਾਂ ਬਾਹਰ। ਅਤੇ ਬਾਹਰ ਦਾ ਤੁਹਾਨੂੰ ਦ੍ਰਿਸ਼ ਹੈ ਜਿਹੜਾ ਸ਼ਾਮ ਦਾ ਦਿਖਾਉਣੇ ਆ, ਅਤੇ ਉਹ ਦੇਖ ਲਿਓ ਤੁਸੀਂ। ਅਤੇ ਆਹ ਦੇਖੋ ਹੈ ਨਾ, ਅਸੀਂ ਦੁਬਈ ਮੋਲ 'ਤੇ ਅੱਜ ਵਾਟਰ ਫਾਊਂਟੇਨ ਸ਼ੋਅ ਵਗੈਰਾ ਉਹ ਸਾਰਾ ਕੁਛ ਇੰਜੋਏ ਕੀਤਾ ਸੀ। ਅਤੇ ਆਹ ਦੇਖੋ ਇਹ ਦੁਬਈ ਦਾ ਬਾਹਰ ਦਾ ਨਜ਼ਾਰਾ, ਠੰਡੀ ਠੰਡੀ ਹਵਾ ਚੱਲ ਰਹੀ ਹੈ। ਅਤੇ ਆਹ ਦੇਖੋ ਅਸੀਂ ਬਾਹਰ ਜਿਹੜਾ ਆ ਚੁੱਕੇ ਹਾਂ, ਅਤੇ ਰਾਤ ਨੂੰ ਰੋਸ਼ਨੀ ਦੇਖੋ ਬਿਲਡਿੰਗਾਂ ਦੀ ਹੈ ਨਾ, ਅਤੇ ਏ ਸੀ ਅਸੀਂ ਇਹਦਾ ਮੈਟਰੋ ਸਟੇਸ਼ਨ। ਆਹ ਦੇਖੋ ਹਾਂ 22 ਮਿੰਟਾਂ ਦੇ ਵਿੱਚ ਦੁਬਈ ਮੋਲ ਤੋਂ ਜੂਨੀਅਰ ਪਹੁੰਚ ਗਏ। ਇੱਥੋਂ 1.5 ਕਿਲੋਮੀਟਰ ਹੁਣ ਸਾਡਾ ਪੈਦਲ ਰਸਤਾ, ਪੈਦਲ ਤੁਰ ਕੇ ਅਸੀਂ ਹੋਟਲ ਦੇ ਵਿੱਚ ਆ ਜਿਹੜਾ ਪਹੁੰਚ ਜਾਵਾਂਗੇ। ਅਤੇ ਚਲੋ ਤੁਹਾਡੇ ਨਾਲ ਅੱਜ ਦਾ ਇਹੀ ਐਕਸਪੀਰੀਅੰਸ ਹੈ ਜਿਹੜਾ ਸ਼ੇਅਰ ਕਰਨਾ ਸੀ, ਤੁਹਾਨੂੰ ਦਿਖਾਉਣਾ ਸੀ ਸਾਰਾ ਜਿਹੜਾ ਦਿਖਾ ਤਾ। ਅਤੇ ਹੁਣ ਅਸੀਂ ਪਹੁੰਚਦੇ ਹਾਂ ਰੂਮ ਦੇ ਵਿੱਚ, ਅਤੇ ਜਾ ਕੇ ਕਰਦੇ ਹਾਂ ਰੈਸਟ, ਕਿਉਂਕਿ ਅੱਜ ਜਿਹੜੀ ਪੈਦਲ ਯਾਤਰਾ ਬਹੁਤ ਜ਼ਿਆਦਾ ਹੋ ਗਈ, ਅਤੇ ਇਸ ਕਰਕੇ ਥਕਾਵਟ ਹੈ ਜਿਹੜਾ ਬਹੁਤ ਥਕਾਵਟ ਹੋ ਰਹੀ ਹੈ। ਅਤੇ ਹਾਂ ਆ ਬਾਈ ਨਾਰਾ ਦਾ ਕਹਿੰਦਾ ਨਿਸ਼ਾਨ ਕਹਿੰਦਾ ਲੱਤਾਂ ਭੂਆ ਭੂਆ ਕਰਦੀਆਂ, ਵਾਕਈ ਸਹੀ ਗੱਲ ਹੈ, ਇਹੀ ਹਾਲ ਹੈ। ਅਤੇ ਚਲੋ ਹਾਂ ਥਕਾਵਟ ਤਾਂ ਹੋਣੀ ਵੀ ਹੈ, ਕਿਉਂਕਿ ਤੋਰਾ ਇਹ ਲਾ ਲਓ ਵੀ ਮੇਰੇ ਖਿਆਲ ਦੇ ਵਿੱਚ ਅੱਜ ਜੇ ਸਾਰਾ ਅਸੀਂ ਕਾਊਂਟ ਕਰੀਏ ਤਾਂ 20 ਤੋਂ 25 ਕਿਲੋਮੀਟਰ ਦਾ ਤੋਰਾ ਜਿਹੜਾ ਸਾਡਾ ਹੋ ਗਿਆ ਮੈਨੂੰ ਲੱਗਦਾ। ਅਤੇ ਜਿਹੜੇ ਸਾਡੇ ਚੈਨਲ 'ਤੇ ਨਵੇਂ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਅਤੇ ਆਪਾਂ ਕੱਲ੍ਹ ਨੂੰ ਦੁਬਾਰੇ ਜਿਹੜੀ ਨਵੀਂ ਜਰਨੀ ਸ਼ੁਰੂ ਕਰਾਂਗੇ, ਨਵਾਂ ਦਿਨ ਨਵੀਂ ਜਰਨੀ, ਅਤੇ ਮਿਲਦੇ ਹਾਂ ਕੱਲ੍ਹ ਨੂੰ ਨੈਕਸਟ ਡੇ। ਅਤੇ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਮਿਲਦੇ ਆਪਾਂ ਕੱਲ੍ਹ ਨੂੰ। ਓਕੇ ਬਾਏ।